ਜਾਸਟੀ ਵੀ ਦੇਖ ਰਹੇ ਤੁਸੀਂ ਮੈਂ ਕੇਪੀ ਸਿੰਘ 뷰ਪੁਆਇੰਟ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦਾ ਹੈ। ਕਿਸਾਨ ਅੰਦੋਲਨ तकरीबन 3 ਮਹੀਨਿਆਂ ਨੂੰ ਟਕ ਚੁੱਕਿਆ ਤੇ ਇਸ ਸਭ ਦੇ ਵਿਚਾਲੇ ਇਸ ਅੰਦੋਲਨ ਨੂੰ 5 ਮਹੀਨੇ ਤੋਂ ਉੱਪਰ ਹੋ ਚੁੱਕਿਆ ਸਮਾਂ। ਪੰਜਾਬ ਵਿੱਚ ਜਿਹੜਾ ਅੰਦੋਲਨ ਸ਼ੁਰੂ ਹੋਇਆ ਉਸ ਨੂੰ ਬਹੁਤ ਘੱਟ ਲੋਕ ਜੋੜਦੇ ਪਏ ਆ ਪਰ ਇਸ ਅੰਦੋਲਨ ਦੀ ਪਿਰਤਾ ਪੰਜਾਬ ਤੋਂ ਪਈ ਤੇ ਉਸ ਤੋਂ ਬਾਅਦ ਦਿੱਲੀ ਵੱਟ ਤੱਕ ਪਹੁੰਚਿਆ। ਤੇ ਇਸ ਸਾਰੇ ਮਾਮਲੇ ਤੇ ਅਸੀਂ ਕਿਸਾਨ ਜਥੇਬੰਦੀਆਂ ਦੀਆਂ ਅੱਖਾਂ ਤੇ ਹੋਰ ਜਿਹੜੇ ਕਿਸਾਨ ਹਮਾਇਤੀ ਉਹਨਾਂ ਦੇ ਵਿਊ ਪੁਆਇੰਟ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਅੱਜ ਇਹੋ ਜਿਹੀ ਇੱਕ ਸਾਡੇ ਆਕੂ ਸਾਡੇ ਨਾਲ ਮੌਜੂਦ ਹੋਣ ਕੇ ਜਿਹਨਾਂ ਨੂੰ ਅਸੀਂ ਸਵਾਲ ਪੁੱਛਾਂਗੇ ਕਿੱਥੇ ਖੜਾ ਕਿਸਾਨ ਅੰਦੋਲਨ ਤੇ ਅੱਜ ਸਾਡਾ ਬਹੁਤ ਹੀ ਖਾਸ ਮਹਿਮਾਨ ਮੌਜੂਦ ਨੇ ਪੰਜਾਬ ਕਿਸਾਨ ਯੂਨੀ ਦੇ ਪ੍ਰਧਾਨ ਰੁਲਦੂ ਸਿੰਘ ਮਾਨਸਾ ਜਿਹਨਾਂ ਨੂੰ ਤੁਸੀਂ ਖੁੰਡੇ ਵਾਲਾ ਬਾਬਾ ਵੀ ਕਹਿ ਦਿੰਨੇ ਹੋ ਤੇ ਉਹਨਾਂ ਨੇ ਬਹੁਤ ਲੰਮਾ ਸੰਘਰਸ਼ ਕੀਤਾ ਹੈ ਜੇਲ੍ਹਾਂ ਵੀ ਕੱਟੀਆਂ ਤੇ ਇੱਥੇ ਜਿੰਨੇ ਅੰਦੋਲਨ ਸ਼ੁਰੂ ਹੋਏ ਹੈ ਚਾਹੇ ਦੁੱਧ ਦੇ ਫੈਟ ਰੇਟ ਦਾ ਮਾਮਲਾ ਹੋਵੇ ਤੇ ਚਾਹੇ ਕਿਸਾਨ ਖੁਦਕੁਸ਼ੀਆਂ ਜ਼ਿਕਰ ਹੋਵੇ ਚਾਹੇ 1984 ਦਾ ਜ਼ਿਕਰ ਹੋਵੇ ਇਹਨਾਂ ਸਾਰੇ ਅੰਦੋਲਨਾਂ ਵਿੱਚ ਉਹ ਹਿੱਸਾ ਲੈ ਚੁੱਕੇ ਹੈ ਰੁਲਦੂ ਸਿੰਘ ਮਾਨਸਾ ਜਦੋਂ ਬੋਲਦੇ ਆ ਤੇ ਕਹਿੰਦੇ ਆ ਕਿ ਜੇ ਤੁਸੀਂ ਇੱਕ ਵਾਰੀ ਮਾਰੋਗੇ ਤਾਂ ਅਸੀਂ ਚਾਰ ਵਾਰੀ ਖੜਕਾਵਾਂਗੇ ਰੁਲਦੂ ਸਿੰਘ ਮਾਨਸਾ ਸਾਡਾ ਮੌਜੂਦ ਹੈ ਕਿ ਰੁਲਦੂ ਸਿੰਘ ਮਾਨਸਾ ਜੀ ਬਹੁਤ ਸਵਾਗਤ ਹੈ ਸਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਰੁਲਦੂ ਸਿੰਘ ਮਾਨਸਾ ਜੀ ਲੋਕ ਜਾਨ ਤੁਸੀਂ ਸ਼ਾਂਤਮਈ ਅੰਦੋਲਨ ਹੁਣ ਤਿੱਕਰ ਚਲਾਇਆ ਪਰ 26 ਜਨਵਰੀ ਨੇ ਤੁਹਾਡੇ ਅੰਦੋਲਨ ਨੂੰ ਸਭ ਕੁਝ ਬਦਲ ਕੇ ਰੱਖ ਦਿੱਤਾ ਤੇ ਤੁਸੀਂ ਇਹ ਗੱਲ ਕਹਿੰਨੇ ਹੋ ਵਾਰ-ਵਾਰ ਸਟੇਜਾਂ ਤੇ ਜਿੰਨਾ ਮੈਂ ਤੁਹਾਨੂੰ ਸੁਣਿਆ ਤੁਸੀਂ ਕਹਿੰਨੇ ਅੰਦੋਲਨ 26 ਜਨਵਰੀ ਤੋਂ ਬਾਅਦ ਸ਼ੁਰੂ ਹੋਇਆ ਦਾ ਮਤਲਬ ਕੀ ਹੈ ਸਰ ਇਹਦਾ ਮਤਲਬ ਇਹ ଥିਗਾ ਪੰਜਾਬ ਤੋਂ ਅਸੀਂ ਮਤਲਬ ਦੋ ਮਹੀਨੇ ਤੋਂ ਪੰਜਾਬ 'ਚ ਲੜਿਆ ਫਿਰ ਅਸੀਂ ਦਿੱਲੀ ਦੀਆਂ ਜ਼ਰਾਤਾਂ ਤੇ ਪਹੁੰਚ ਗਏ ਜਿਹੜਾ ਉਸ ਅੰਦੋਲਨ ਦੇ ਵਿੱਚ ਬਹੁਤ ਵੱਡੀ ਗੱਲ ਜੀ ਇਹ ਭਾਗਾ ਦੇਰੀ ਲੋਕਾਂ ਨੇ ਕੀਤੀ ਉਹ ਦੋਲਣ ਚੱਲਦਾ ਚੱਲਦਾ ਲੀਡਰਸ਼ਿਪਰ ਨੂੰ ਹੈਗਾ ਤੇ ਵੀ ਅਸੀਂ ਨੂੰ ਸ਼ਾਂਤ ਰੱਖਣਾ ਹੈਗਾ ਉਹ ਇੱਕ ਮੇਲਾ ਬਣ ਗਿਆ ਜਿਵੇਂ ਕੋਈ ਸ਼ੌਂਕ ਜਿਹਾ ਮੇਲੇ ਜਾਂਦਾ ਸਾਡੀ ਨੌਜਵਾਨੀ ਟਰੈਕਟਰ ਲੈ ਕੇ ਜਾਣਾ ਔਰ ਟੈਕਟ ਦੇ ਵੱਡੇ ਵੱਡੇ ਡੀਜੇ ਲਾਉਣੇ ਆਹ ਕਰਦਾਂਗੇ ਬਾਹ ਕਰਦਾਂਗੇ ਸਾਰਾ ਕੁਝ ਕਹੀ ਜਾਣਾ ਮਤਲਬ ਉਹ ਰੌਲਾ ਜਿਹੜਾ ਜਾਦੇ ਪੈ ਰਿਹਾ ਤੇ ਉਹ ਸਾਨੂੰ ਲੀਡਰਾਂ ਨੂੰ ਵੀ ਸਤਾ ਰਿਹਾ ਤੇ ਵੀ ਕਦੇ ਨਾ ਕਦੇ ਇਹ ਗਲਤ ਮੋੜ ਲੈ ਜਾਊਗਾ ਤੇ ਜਿਹੜਾ ਹੁਣ ਅਸੀਂ ਕਹਿਨੇ ਆ ਵੀ ਸਾਡਾ ਦੋਲਣੇ 26 ਤਰੀਕ ਨੂੰ ਹੈ ਦੇਖੋ ਇੱਕ ਤਾਂ ਸੀ ਮੈਂ ਸੋਡੇ ਰਾ ਇਹ ਗੱਲ ਕਹਿਣਾ ਚਾਹੁੰਦਾ ਅਸੀਂ ਪੰਜਾਬ ਤੋਂ ਗਏ ਆ ਅਸੀਂ ਸਿਰਫ ਜਿਹੜੇ ਤਿੰਨੇ ਤਾਂ ਉਹ ਕੇ ਮੁੱਦੇ ਨੇ ਤਿੰਨੇ ਸਾਡੇ ਖਿਲਾਫ ਬਣਾਏ ਲੈਂਦੇ ਨੇ ਕਾਨੂੰਨ ਸਰਕਾਰ ਨੇ ਉਹ ਰੱਦ ਕਰਾਉਣੇ ਦੀਗੇ ਇੱਕ ਸਾਡੇ ਦੇ ਪਰਾਲੀ ਐਕਟ ਉਹ ਰੱਦ ਕਰਾਉਣਾ ਦੀਗਾ ਇੱਕ ਬਿਜਲੀ ਸੁੰਜ ਤਾਂ ਅਸਲ ਮੇਨ ਮੰਗਿਆ ਸਾਰੇ ਭਾਰਤ ਦੇ ਲੋਕਾਂ ਦੀ ਕਿਉਂ ਜਿਹੜੀ ਸਰਕਾਰੀ ਖਰੀਦ ਹੈ ਉਹ ਕੱਲੇ ਹਰਿਆਣਾ ਤੇ ਪੰਜਾਬ ਚ ਚੱਲਦੀ ਆ ਦੋ ਕੋਈ ਫਸਲਾਂ ਜ਼ਿਆਦਾ ਖਰੀਦੀਆਂ ਜਾਂਦੀਆਂ ਝੋਨਾ ਤੇ ਕਣਕ ਪੰਜਾਹ ਚ ਅਸੀਂ ਇਹ ਲੜ ਰੁੜ ਕੇ ਨਰਮੇ ਕੋਟਣ ਦਾ ਵੀ ਖਰੀਦ ਕਰਾ ਲੈਂਦੇ ਆ ਸਰਕਾਰੀ ਚੱਲਦੀ ਆ ਸਾਡੇ ਇਲਾਕੇ ਦੇ ਵਿੱਚ ਚਲਾ ਲੈਂਦੇ ਆ ਅਸੀਂ ਮੇਨ ਮੰਗ ਸਾਡੇ ਕਿਸਾਨਾਂ ਦੀ ਸਾਰਾਂ ਦੀ ਬਣ ਗਈ ਵੀ ਮਤਲਬ ਸਾਰੇ ਪਾਰਸ ਦੇ ਵਿੱਚ ਸਾਰੀਆਂ ਜਨਸਾਂ ਦੀ ਸਰਕਾਰੀ ਖਰੀਦ ਹੋਵੇ ਖਰੀਦੇ ਸਰਕਾਰ ਘੱਟ ਮੁਨਾਫੇ ਨਾਲ ਲੋਕਾਂ ਨੂੰ ਉਹ ਪਹੁੰਚਦੀ ਕਰੇ ਨਾ ਤਾਂ ਕਿਸਾਨ ਨੂੰ 10 ਰੁਪਏ ਆ ਜਾਣ ਨਾਲੇ ਜਿਹੜੇ ਖਫਤਕਾਰ ਲੋਕ ਨੇ ਉਹ ਬਾਤ ਰਹਿਣ ਕੁਝ ਸਾਡੇ ਦੂਜੇ ਲੀਡਰ ਨੂੰ ਲੱਗਿਆ ਵੀ ਸਾਡਾ ਇਕੱਲਾ ਸਰਕਾਰੀ ਖਰੀਦ ਨਾਲ ਕੰਮ ਚੱਲ ਜੂਗਾ ਪੀ ਪੈਲਾ ਪੈਲੋ ਉਤੇ ਕਰ ਲੋ ਨਹੀਂ ਅਸੀਂ ਨੂੰ ਸਮਝ ਆਇਆ ਜੇ ਸਰਕਾਰੀ ਖਰੀਦ ਆਪਾਂ ਚਾਲੂ ਕਰਾ ਵੀ ਲੈਨੇ ਆ ਤਾਂ ਜੇ ਆਪਣੇ ਕੋਲੇ ਜ਼ਮੀਨ ਹੀ ਨਾ ਰਹੀ ਫਿਰ ਸਰਕਾਰੀ ਖਰੀਦ ਤੋਂ ਆਪਾਂ ਨੇ ਕੀ ਕਰੋਣੇਗਾ ਜੇ ਜ਼ਮੀਨ ਹੀ ਨਾ ਰਹੀ ਰੌਲਾ ਜ਼ਮੀਨ ਦਾ ਅਸੀਂ ਸਰਕਾਰ ਨਾਲ ਵੀ ਗੱਲ ਤੋਬਰ ਸਾਹਿਬ ਨੇ ਸਾਨੂੰ ਕਿਹਾ ਛੁੱਡਾ ਹਾ ਜਿਹੜਾ ਕੀ ਹੈ ਆਪਣਾ ਬਰਾਲੀ ਵਾਲਾ ਐਕਟ ਖਤਮ ਕਰਤਾ ਸਾਨੂੰ ਬਿਜਲੀ ਦੇ ਸਬਸਿਡੀ ਦੇਵਾਂਗੇ ਮੈਂ ਉਹ ਗੱਲ ਦਾ ਖੁਦ ਮੈਂ ਆਪ ਜਵਾਬ ਦਿੱਤਾ ਸੀਗਾ ਵੀ ਤੋਬਰ ਸਾਹਿਬ ਜਦੋਂ ਸਾਡੇ ਕੋਲੇ ਜ਼ਮੀਨ ਹੀ ਨਾ ਰਹੀ ਅਸੀਂ ਕਿਹੜੀ ਬਰਾਲੀ ਨੂੰ ਅੱਗ ਲਾ ਲਾਂਗੇ ਸਾਡੇ ਕੋਲੇ ਜ਼ਮੀਨ ਹੀ ਨਾ ਰਹੀ ਅਸੀਂ ਕਿਹੜੀ ਮਤਲ ਮੋਟਰ ਤੇ ਸਬਸੀ ਲਾਂਗੇ ਉਹ ਦੋਲਣ ਚੜਦਾ 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 ਗਿਆ ਮੈਂ ਕਹਿੰਦਾ ਹੁਣ ਅਸੀਂ ਥੋੜਾ ਜਿਹਾ ਘਟਾਇਆ ਸੀ ਜਿਆਦਾ ਜਿਗਰ ਨਹੀਂ ਕਰਦੇ ਉਸ ਅਦੋਲਣ ਦੇ ਤਿੰਨ ਰਸਤੇ ਹੋਗੇ ਸੀ ਇੱਕ ਰਸਤਾ ਸਾਨੂੰ ਸਰਕਾਰ ਨੇ ਦਿੱਤਾ ਸੀਗਾ ਦੋ ਰਸਤੇ ਲੋਕਾਂ ਨੇ ਆਪ ਚੁਣ ਲਏ ਜੀ ਵੀ ਉਧਰ ਜਾਣਾ ਹੀ ਜਾਣਾਗਾ ਪਰ ਸਾਡੀ ਜਿਹੜੀ ਸਮਝਦਾਰ ਲੀਡਰਸ਼ਿਪ ਤੀਗੀ ਉਹ ਦਿੱਤੇ ਹੋਏ ਰਸਤੇ ਦੇ ਉੱਤੇ ਗਿਆਂਗੇ ਅਸੀਂ ਬਿਲਕੁਲ ਤੇ ਗਾਹਾ ਤੁਹਾਨੂੰ ਪਤਾ ਹੀ ਵੀ ਜਿਹੜਾ ਉਹ ਘਟਨਾ ਵਾਪਰੀ ਰੁਲਤ ਸਿੰਘ ਮਾਨਸਾ ਰੁਲਤ ਸਿੰਘ ਮਾਨਸਾ ਤੁਸੀਂ ਕਹਿ ਰਹੇ ਹੋ ਕਿ ਅਸੀਂ ਉਸ ਰਸਤੇ ਤੇ ਗਏ ਜਿਹੜੇ ਰਸਤੇ ਤੇ ਸਾਨੂੰ ਜਾਣਾ ਚਾਹੀਦਾ ਸੀਗਾ ਲੋਕਾਂ ਨੇ ਆਪ ਦਾ ਰਸਤਾ ਅਖਤਿਆਰ ਕਰ ਲਿਆ ਰੁਲਤ ਸਿੰਘ ਮਾਨਸਾ ਤੁਹਾਡੀ ਤਸਵੀਰ ਵੀ ਜਾਰੀ ਕਰ ਦਿੱਤੀ ਗਈ ਹੈ ਸਰਕਾਰ ਵੱਲੋਂ ਪੁਲਿਸ ਵੱਲੋਂ ਮੇਰਾ ਸਵਾਲ ਹੈ ਰੁਲਤ ਸਿੰਘ ਮਾਨਸਾ ਤੁਸੀਂ ਕਿਵੇਂ ਆਪ ਦੇ ਆਪ ਨੂੰ ਪ੍ਰੂਫ ਕਰੋਗੇ ਕਿ ਮੈਂ ਉਸ ਰਸਤੇ ਤੇ ਨਹੀਂ ਗਿਆ ਜਿਹੜੇ ਰਸਤਿਆਂ ਦੀ ਤਸਵੀਰਾਂ ਤੁਹਾਡੀਆਂ ਦਿਖਾਈਆਂ ਜਾ ਰਹੀਆਂ ਦੇਖੋ ਮੈਂ ਸੋਡੇ ਰਹੀਂ ਕਹਿ ਸਕਦਾ ਵੀ ਮੈਂ ਗਿਆ ਨਹੀਂ ਮੈਂ ਕੋਈ ਐਡਾ ਅੰਧਵਿਸ਼ਵਾਸੀ ਬੰਦਾ ਨਹੀਂ ਹੈਗਾ ਠੀਕ ਹੈ ਨਾ ਗੱਲ ਮੈਂ ਕਿਸੇ ਚੀਜ਼ ਦੀ ਸੌਖਾ ਲਾ ਠੀਕ ਹੈ ਮੈਂ ਆ ਅਧੂਲਨ ਬਾਰੇ ਮੈਂ ਕਹਿ ਸਕਦਾ ਵੀ ਮੈਂ ਅਧੂਲਨ ਨੂੰ ਮੰਨ ਕੇ ਜੋ ਸਾਨੂੰ ਰਸਤਾ ਦਿੱਤਾ ਉਹ ਹੀ ਆ ਮੈਂ ਕੋਈ ਸਰਕਾਰ ਕੋਲੇ ਪ੍ਰੂਫ ਨਹੀਂ ਦੇਣ ਜਾਊਂਗਾ ਮੈਂ ਫਲਾਨੇ ਥਾਂ ਗਿਆ ਝੁਕਾ ਗਿਆ ਸਰਕਾਰਾਂ ਐਂ ਤਰੀ ਫਿਰਦੇ ਹੋ ਤੇ ਨਹੀਂ ਆਣੀਆਂ ਜਿੱਦ ਦੇ ਮੈਨੂੰ ਫੜ ਲਿਆ ਪੁੱਛਣ ਕਿਉਂ ਸਾਰਾ ਕੁਝ ਦੱਸੂਗਾ ਇਹ ਮੈਂ ਆ ਰਸਤੇ 'ਚ ਗਿਆ ਮੇਰੇ ਕੋਲੇ ਆਪਦਾ ਬੀੜੂ ਹੈ ਤੁਹਾਨੂੰ ਲੱਗਦਾ ਤੁਹਾਨੂੰ ਲੱਗਦਾ ਤੁਹਾਨੂੰ ਫੜਨ ਆਉਣਗੇ ਦੇਖੋ ਜਦੋਂ ਉਹ ਚਰਚਾ 'ਚ ਕੋਈ ਗੱਲ ਆ ਜੇ ਉਹ ਅਧੂਲਨ ਨੂੰ ਫੇਲ ਕਰਨ ਵਾਸਤੇ ਸਰਕਾਰ ਫੜ ਸਕਦੀ ਹੈ ਲੋਕਾਂ ਨੂੰ ਲੀਡਰ ਤੋਂ ਰਾਹਤ ਕਰਨਾ ਵੀ ਲੀਡਰ ਪਾਸੇ ਰਹਿ ਜਾਣਾ ਤਾਂ ਦੋਨੋਂ ਫੇਲ ਪਰ ਇੱਕ ਮੈਂ ਸਰਕਾਰ ਨੂੰ ਕਹਣਾ ਅੰਦੋਲਨ ਨਹੀਂ ਫੇਲੂ ਪਮਾ ਕੱਲਾ ਰੁਦੂ ਸਿੰਘ ਕਿ ਪਾ ਤੁਸਾਰੇ ਲੀਡਰ ਫੜ ਲੋ ਨਹੀਂ ਮੈਨੂੰ ਯਾਦ ਆ ਤੁਸੀਂ ਇੱਕ ਸੰਬੋਧਨ ਵਿੱਚ ਬੋਲ ਰਹੇ ਸੀਗੇ ਕਿ ਜਦੋਂ ਆਹ ਦੀਪ ਸਿੱਧੂ ਫਲਾ ਨਾਲ ਸਾਰਾ ਮਾਮਲਾ ਖੜਾ ਹੁੰਦਾ ਤੁਸੀਂ ਕਿਹਾ ਕਿ ਇਸ ਤੋਂ ਬਾਅਦ ਅਗਲੀ ਵਾਰੀ ਸਾਡੀ ਹੈ ਹਾ ਉਹ ਹੋ ਉਹ ਤਾਂ ਜਦੋਂ ਸਾਨੂੰ ਪਤਾ ਲੱਗਿਆ ਦੇਖੋ ਉਹਨੂੰ ਦੁਬਾਰੇ ਫਿਰ ਉੱਥੀ ਗੱਲ ਆਉਂਦੀ ਹੈ ਨਾ ਜਿਹੜਾ ਸਰਕਾਰ ਕੰਮ ਕਰਾਉਣਾ ਚਾਹੁੰਦੀ ਸਰਕਾਰ ਨੇ ਕਰਾ ਲਿਆ ਉਹ ਦੋ ਨੌਜਵਾਨ ਵੀ ਸ਼ਹੀਦ ਹੋ ਗਏ ਉਸ ਸਾਡੇ ਨੌਜਵਾਨ ਅੰਦਰ ਨੇ ਦਰਜਾ ਟਰੈਕਟਰ ਅੰਦਰ ਨੇ ਸਾਰਾ ਉਹ ਜਿੱਦੋਂ ਕੰਮ ਹੋਇਆ ਕਿਵੇਂ ਹੋਇਆ ਸਾਨੂੰ ਸ਼ੱਕ ਹੋ ਸਕਦਾ ਹੈ ਸ਼ੱਕ ਵੀ ਨਹੀਂ ਅਸੀਂ ਤਾਂ ਇਸ ਗੱਲ ਨੂੰ ਕਿ ਉਹਨਾਂ ਨੂੰ ਫੜ ਕੇ ਪਰਚੇ ਦਰਜ ਕਰ ਦਿੱਤੀ ਅਸੀਂ ਕਹਿੰਨ ਘਟੀਆਂ ਗੱਲਾਂ ਜੋ ਉਸ ਅਧੂਲਣ ਚ ਵਾਗਿਆ ਸਾਡੇ ਵਿਚਾਰਾਂ ਚ ਫਰਕ ਪੈ ਸਕਦਾਗਾ ਨਹੀਂ ਉਹਨਾਂ ਤੇ ਪਰਚੇ ਦਰਜ ਕਰਨੇ ਚਾਹੀਦੇ ਹੋ ਉਹ ਭਾਈ ਸਿੱਧੂ ਉਹ ਚਾਹੇ ਲਖਾ ਸਧਾਨਾ ਹੋਵੇ ਮੈਂ ਕਹਿੰਦਾ ਨਹੀਂ ਕਰਨੇ ਚਾਹੀਦੇ ਸਾਨੂੰ ਅंदोलਨ ਜਿੱਤਣ ਦਿਓ ਲੜਨ ਦਿਓ ਕਰਨਾ ਹੈ ਸਰਕਾਰ ਇਹਦੇ ਹੱਥ ਕੰਡੇ ਵਰਤੂਗੀ ਨਹੀਂ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਦੀਪ ਸਿੱਧੂ ਲਖਾ ਸਧਾਨਾ ਬਾਰੇ ਮੈਂ ਉਧਰ ਨਹੀਂ ਲੈ ਕੇ ਜਾਣਾ ਚਾਹੁੰਦਾ ਸੀ ਪਰ ਵਾਰ-ਵਾਰ ਗੱਲ ਉਹ ਆ ਰਹੀ ਹੈ ਹੁਣ ਜਿਹੜੀ ਸੋਸ਼ਲ ਮੀਡੀਆ ਤੇ ਇੱਕ ਮਹਿੰਮ ਚੱਲਦੀ ਪਈ ਹੈ ਕਿ ਕਿਸਾਨ ਜਥੇਬੰਦੀਆਂ ਨੇ ਇਹਨਾਂ ਲੋਕਾਂ ਨੂੰ ਗਦਾਰ ਕਹਿ ਕੇ ਬਹੁਤ ਵੱਡੀ ਗਲਤੀ ਕੀਤੀ ਉਸ ਦਾ ਕੀ ਜਵਾਬ ਹੈ ਮੈਂ ਇਸ ਗੱਲ ਤੋਂ ਜਮਾਨੀ ਮੁਕਰੂੰਗਾ 26 ਨੂੰ ਜੇ ਕੋਈ ਗੜਬੜ ਹੋਊਗੀ ਅਸੀਂ ਸਾਰੇ ਲੀਡਰ ਗਰਮੀ ਚ ਆ ਸੌਰੀ ਇਧਰੋਂ ਇਹ ਵੀ ਆਗੇ ਦੂਜੇ ਵੀ ਆਗੇ ਇੱਕ ਦਿਨ ਅਸੀਂ ਸਭ ਕੁਝ ਬੋਲਿਆ ਕਿਉਂ ਜੇ ਮੈਂ ਤੁਹਾਨੂੰ ਕਹਦਾਂ ਅਸੀਂ ਬੋਲੇ ਨਹੀਂਗੇ ਤੁਸੀਂ ਕੱਢ ਕੇ ਵੀਡੀਓ ਦਿਖਾ ਦੇਣੀ ਆ ਵੀ ਪ੍ਰਧਾਨ ਜੀ ਤੁਸੀਂ ਤੁਸੀਂ ਬੋਲੋਗੇ ਮੈਂ ਕਹਿੰਦਾ ਉਹ ਗੱਲ ਨੂੰ ਅਸੀਂ ਛੇਤੀ ਸਾਮਲਿਆ ਅੱਥ ਨੂੰ ਅਸੀਂ ਕਰੀ ਮੀਟਿੰਗ ਸੰਯੁਕਤ ਮੋਰਚੇ ਦੀ ਮੀਟਿੰਗ ਕਰੀ 32 ਜੱਥੇ ਬੰਦਿਆਂ ਦੀ ਮੀਟਿੰਗ ਕਰੀ ਇੱਕ ਉਹਦੀ ਹੋ ਗਈ ਇੱਕ ਤਾਂ ਮੀਟਿੰਗ 27 ਨੂੰ ਇੱਕ ਫਿਰ ਦੂਜੇ ਦਿਨ ਹੋਗੀ ਉੱਥੇ ਅਸੀਂ ਫੈਸਲਾ ਕਰ ਲਿਆ ਵੀ ਇਸ ਤੋਂ ਬਾਅਦ ਕਿਸੇ ਦੇ ਖਿਲਾਫ ਬੋਲਣਾ ਨਹੀਂ ਵੀ ਆਉਂਦੀ ਰਾਈ ਲੜਨੀ ਐ ਬੋਲਣਾ ਹੀ ਨਹੀਂਗਾ ਜੇ ਕੋ ਸੁਣਨਗਾ ਅਸੀਂ ਚੁੱਪ ਕਰਤਾ ਉਹਨਾਂ ਗਾਹਾਂ ਉਹਨਾਂ ਸਰਕਾਰ ਨੇ ਕੀ ਪੈਂਤਰਾ ਚੁਣਿਆ ਮੇਰਾ ਖਿਆਲ ਆ ਦੀਪਸੰਧੂ ਫੜਿਆ ਨਹੀਂ ਗਿਆ ਤੀ ਹਜੇ ਸਿੱਧੂ ਉਦੋਂ ਮੈਨੂੰ ਆਥਰੇ ਬਾਹਰੋਂ ਫੋਨ ਆਇਆ ਚਾਰ ਨੌਜਵਾਨ ਉਹ ਉਹਨਾਂ ਨੇ ਲਫ਼ਜ਼ ਬੋਲੇ ਜਿਹੜੇ ਆਪਾਂ ਸੁਣ ਵੀ ਨਹੀਂ ਸਕਦੇ ਚੱਲ ਮੈਂ ਫਿਰ ਉਹਨੂੰ ਕਿਹਾ ਵੀ ਕੋਈ ਗੱਲ ਨਹੀਂ ਲੇਖਾ ਹੁਣ ਵੀ ਕਦੇ ਨਾ ਕਦੇ ਫੋਨ ਲਾ ਕੇ ਸਾਡੇ ਲੀਡਰਾਂ ਸਾਰਿਆਂ ਨੂੰ ਗਾਲਾਂ ਕਢਦੇ ਸਾਡਾ ਉਥੇ ਕਿੰਨਾ ਨੌਜਵਾਨ ਲੀਡਰ ਹੈ ਜੋ ਆ ਬੜਾ ਹੀ ਮੁੰਡਾ ਵਧੀਆ ਹੋ ਉਹਦਾ ਪਿਓ ਬਲਾ ਪ੍ਰਧਾਨ ਰਿਆ ਸੀ ਮੇਰੇ ਨਾਲ ਕੰਮ ਕੀਤਾ ਤੀਗਾ ਜਿਸ ਸਮਾਂ ਤੋਂ ਸਕੇ ਨਾ ਨੂੰ ਬਹੁਤ ਹੀ ਸਿਆਣਾ ਮੁੰਡਾ ਜਗਲੇ ਤੇ ਮੈਂ ਉਹਨੂੰ ਪੁੱਛਿਆ ਸ਼ੇਰਾ ਤੈਨੂੰ ਕੋਈ ਫੋਨ ਆਇਆ ਕਹਿੰਦਾ ਹਾਂ ਤਾਂ ਗੱਲਾਂ ਕਰਦੇ ਨੇ ਚਲੋ ਸਾਥੋਂ ਤੱਕ ਤੇ ਬੋਲਿਆ ਗਿਆ ਉਹ ਮੁੰਡਾ ਬੋਲਦਾ ਵੀ ਨਹੀਂ ਕਿਸੇ ਨੂੰ ਜੇ ਬਾ ਗੱਲ ਕਰ ਰਹੀਏ ਉਸ ਮੈਂ ਤਾਂ ਕੋ ਸਰਕਾਰ ਦੇ ਦਾ ਪੇਜ ਨੇ ਵੀ ਲੀਡਰ ਦਾ ਮਨੋਵਲਸੜ ਦੀ ਆ ਕਰਦੀਏ ਅਸੀਂ ਇੱਕ ਜੁਟਤਾ ਦਿਖਾਉਣੀ ਚਾਹੁੰਦੇ ਆ ਇੱਕ ਜੁਟਤਾ ਲੜਾਂਗੇ ਜਿੰਨੇ ਵੀ ਕੇਸਾਂ ਤੇ ਉਹ ਪੈਸੇ ਸੀ ਕ ਕਰ ਲਿਆ ਜਥੇਬੰਦੀਆਂ ਨੇ ਫੈਸਲਾ ਸਾਰੇ ਉਹ ਜੜਾ ਫੰਡ ਹੈ ਉਹ ਚੋਂ ਲਾਵਾਂਗੇ ਸੀ ਲਾਉਣਾ ਹੀ ਲਾਉਣਾ ਕਰਾਂਗੇ ਗਦਾਰ ਸ਼ਬਦ ਵਾਪਸ ਲੈ ਰਹੇ ਤੁਸੀਂ ਮੇਰਾ ਖਿਆਲ ਹੈ ਹਾਂ ਨਹੀਂ ਲੈਣੇ ਕਹਿੰਦੇ ਨੂੰ ਚੰਦਾ ਲੜਦੇ ਨਹੀਂ ਸਾਰੇ ਜਥੇਬੰਦੀਆਂ ਦਾ ਫੈਸਲਾ ਜਾਂ ਰੁਲਦ ਸਿੰਘ ਮਾਨਸੂਰ ਮੈਂ ਰੁਲਦ ਸਿੰਘ ਦਾ ਫੈਸਲਾ ਸਾਰੀਆਂ ਜਥੇਬੰਦੀਆਂ ਫੈਸਲਾ ਨਹੀਂ ਉਹਨਾਂ ਲਈ ਅੱਜ ਵੀ ਉਹ ਗਦਾਰ ਅਜਿਹੇ ਜਿਹੜੇ ਉਸ ਦਿਨ ਬੋਲਿਆ ਨਹੀਂ 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 ਉਹ ਕੁਛ ਕਹੇ ਕੋਈ ਮੈਂ ਇੱਕ ਮੇਰੀ ਬੇਨਤੀ ਸੁਣ ਲਓ ਜਿਹੜਾ ਅਸੀਂ ਇਹ ਗੱਲ ਕਹਿੰਦੇ ਆਗੇ ਮਤਬਲ ਪਹਿਲਾਂ ਸਾਡੀ ਮੀਟਿੰਗ ਹੁੰਦੀ ਹੈ ਫਿਰ ਮੀਟਿੰਗ ਤੋਂ ਬਾਅਦ ਅਸੀਂ ਪ੍ਰੈਸ ਕਾਨਫਰੰਸ ਕਰਦਾ ਜਿਹੜੀ ਸੋਡੇ ਪ੍ਰੈਸ ਕਾਨਫਰੰਸ ਅਸੀਂ ਗੱਲ ਕਹੀ ਸੀ ਉਹ ਗੱਲ ਪੱਕੀ ਹੈ ਰੁਲਦ ਸਿੰਘ ਇਕੱਲਾ ਕੁਛ ਬੋਲ ਗਿਆ ਰਾਜਵਾਲ ਇਕੱਲਾ ਕੁਛ ਬੋਲ ਗਿਆ ਚਡੂਨੀ ਕੁਛ ਬੋਲਿਆ ਵੱਡੇ ਸਾਡੇ ਲੀਡਰ ਕੁਛ ਬੋਲ ਗਏ ਉਹ ਕੰਲੇ ਦੀ ਗੱਲ ਕਦੇ ਨਹੀਂ ਮੰਨੀ ਜਾਂਦੀ ਹੁੰਦੀ ਹੁਣ ਜਿਵੇਂ ਟਕਾਇਆ ਸਾਹਿਬ ਨੇ ਇੱਕ ਬਿਆਨ ਦਿੱਤਾ ਵੀ ਇਸ ਦਾ ਕਣਕ ਨੂੰ ਅੱਗ ਲਾਉਣ ਤੱਕਰ ਜਾਵਾਂਗੇ ਇਹ ਪਰ ਮੀਟਿੰਗ ਤਾਂ ਕੋਈ ਵਿਚਾਰ ਨਹੀਂ ਹੈਗਾ ਜੇ ਤੁਸੀਂ ਗੱਲ ਕਹੋਗੇ ਕੋਈ ਕੋਈ ਗੱਲ ਨਹੀਂ ਇਹ ਪੰਪਾਸ ਵੀ ਨਹੀਂ ਹੋਣੀ ਇਹ ਗੱਲ ਜੇ ਕੋਈ ਬੰਦਾ ਇਹ ਗੱਲ ਲਿਆ ਉਹ ਲੈਵੇ ਉਹ ਆ ਆਪਦੀ ਲੀਡਰ ਦੀ ਗੱਲ ਹੈਗੀ ਤੁਸੀਂ ਖਾਰਜ ਕਰ ਦਿਓ ਉਸ ਬਿਆਨ ਨੂੰ ਮੇਰੀ ਮੈਂ ਕਹਣਾ ਵੀ ਅਸੀਂ ਇਹ ਗੱਲ ਜੇ ਏਜੰਡੇ 'ਚ ਵੀ ਆ ਜੇ ਨਹੀਂ ਪਾਸ ਹੋਊਗਾ ਉੱਥੇ ਮੇਰੇ ਕਹਿਣ ਦਾ ਮਤਲਬ ਚਲੋ ਇੱਕ ਛੋਟਾ ਜਿਹਾ ਵਕਫਾ ਲਮਾ ਕੇ ਵਕਤ ਨੂੰ ਵਾਪਸ ਆਵਾਂਗੇ ਰੁਲਦ ਸਿੰਘ ਮਾਨਸਾ ਸਾਡਾ ਮੌਜੂਦ ਹੈ ਗਿਆ ਪਰ ਸਵਾਲ ਬਹੁਤ ਸਾਰੇ ਆ ਰਿਹਾ ਰੁਲਦ ਸਿੰਘ ਮਾਨਸਾ ਉਹ ਆਗੂ ਆ ਜਿਹੜੇ ਕਿ ਸਿੱਧੇ ਤੇ ਬੇਬਾਕ ਜਵਾਬ ਦੇਣ ਲਈ ਜਾਣੇ ਜਾਂਦੇ ਆ ਪਰ ਸਿੱਧੇ ਤੇ ਬੇਬਾਕ ਜਵਾਬ ਤੇ ਚੱਲੇ ਜਿਹੜਾ ਸਵਾਲ ਹੈ 2 ਅਕਤੂਬਰ ਵਾਲਾ ਖੜਾ ਕੀਤਾ ਕਿਉਂ ਉਹ ਕਿੰਨੇ ਖੜਾ ਕੀਤਾ ਜਿਸ ਦਾ ਜਵਾਬ ਰੁਲਦ ਸਿੰਘ ਮਾਨਸਾ ਹਰਾਂ ਕੋਲ 2 ਕੀ ਹੈਗਾ ਅਲਟੀਮੇਟਮ ਅਖੀਰ ਦਾ ਜਿਹੜਾ ਕੇਂਦਰ ਸਰਕਾਰ ਨੂੰ ਕੀ ਹੈਗਾ ਇਹਨਾਂ ਦਾ ਤੇ ਕੇਂਦਰ ਸਰਕਾਰ ਨਾਲ ਗੱਲਬਾਤ ਕਿਉਂ ਨਹੀਂ ਹੋ ਰਹੀ ਉਹ ਸਾਰੇ ਸਵਾਲ ਬ੍ਰੇਕ ਤੋਂ ਬਾਤ ਹੋਣਗੇ 뷰ਪੁਆਇੰਟ ਚੈੱਕ ਕਰਫੇ ਤੁਹਾਡਾ ਸਵਾਗਤ ਹੈ ਰੂਲ ਸਿੰਘ ਮਾਨਸਾ ਸਾਡਾ ਮਜੂਦ ਹੈਗਾ ਰੂਲ ਸਿੰਘ ਮਾਨਸਾ ਤੁਸੀਂ ਕਹਿ ਰਹੇ ਹੋ ਕਿ ਕੱਲਾ ਲੀਡਰ ਕੋਈ ਵੀ ਬਿਆਨ ਦਿੰਦਾ ਹੁੰਦਾ ਉਹਦਾ ਕੋਈ ਮਤਲਬ ਨਹੀਂ ਹੈਗਾ ਜਦੋਂ ਤੇ ਕ ਸੰਯੁਕਤ ਕਿਸਾਨ ਮੋਰਚਾ ਜਾਂ ਸਾਰੀਆਂ ਜਥੇਬੰਦੀਆਂ ਇਕੱਠਾ ਬਹਿ ਕੇ ਕੋਈ ਫੈਸਲਾ ਨਾ ਸੁਣਾਦਣ ਜਿਹੜਾ 2 ਅਕਤੂਬਰ ਵਾਲਾ ਅਲਟੀਮੇਟਮ ਰਕੇਸ਼ਟ ਕੈਥਰੋਨੋ ਦਿੱਤਾ ਗਿਆ ਉਹਦੇ ਨਾਲ ਵੀ ਕਿਸਾਨ ਮੋਰਚੇ ਦੀ ਸਹਿਮਤੀ ਨਹੀਂ ਹੈਗੀ ਇਹਦਾ ਮਤਲਬ ਇਹ ਮੰਨ ਕੇ ਚੱਲੀਏ ਨਹੀਂ ਨਹੀਂ ਮੇਰਾ ਖਿਆਲ ਆ ਵੀ ਮੈਥੋਂ ਕਈ ਵਾਰਾਂ ਪ੍ਰੈਸ ਵਾਲੇ ਪੁੱਛਦੇ ਨੇਗੇ ਵੀ ਅਧੋਲਣ ਕਿੰਨਾ ਚਿਰ ਲੰਮਾ ਚੱਲੂਗਾ ਮਤਲਬ ਚਾਚਾ ਜੀ ਸਿੰਘ ਨੇ 9 ਮਹੀਨੇ ਅਧੋਲਣ ਚਲਾਏਗਾ ਸਾਨੂੰ ਵੀ ਪੱਕਾ ਵੀ ਉਹ 2 ਮਹੀਨੇ ਚੱਲੂਗਾ ਉਹ ਇਹੋ ਜਿਹਾ ਬਿਆਨ ਦੇਣਾ ਸਰਕਾਰ ਤੇ ਅਸਰ ਪੈਂਦਾ ਹੁੰਦਾ ਸਰਕਾਰ ਤੇ ਦਬਾਅ ਪੈਂਦਾ ਹੁੰਦਾ ਜੱਟ ਕਹਿੰਦਾ ਸੀ ਵੀ ਅਸੀਂ 2 ਅਕਤੂਬਰ ਨਾਲ ਕਰਦੇ ਹੋਗੇ ਉਹ ਸਰਕਾਰ ਤੇ ਇੱਕ ਦਬਾਅ ਹੈ ਵੀ ਇੰਨਾ ਲੰਮਾ ਕਿਉਂ ਜੂਪੀ ਜੂਟਾ ਬਣੀ ਨਹੀਂ ਆ ਉਹ ਨੇੜੇ ਲੱਗ ਜਾਣਗੇ ਉਹਦੋਂ ਨੂੰ ਫਿਰ ਉੱਥੇ ਭਾਰਤੀ ਜਨਤਾ ਪਾਰਟੀ ਦਾ ਬਦਿੱਲਾ ਮੰਝਿਆ ਜਾਣਾ ਜੇ ਦੋਨੋਂ ਉਹਨਾਂ ਲੰਮਾ ਚ ਉਹ ਜਿਹੜਾ ਬਿਆਨ ਹੈ ਠੀਕ ਹੈ ਜਿਹੜਾ ਫਸਲ ਨੂੰ ਨਸ਼ਟ ਕਰਨਾ ਮੇਰਾ ਖਿਆਲ ਹੈ ਉਹ ਨਹੀਂ ਹੋਊਗਾ ਇਹ ਗੱਲ ਤਾਂ ਜੇ ਕੈ ਸਾਹਿਬ ਲਿਆ ਕੇ ਰੱਖ ਦਣ ਮੈਂ ਇੰਨਾ ਚਿਰ ਲੰਮਾ ਚ ਲਾਉਣਾ ਇਹ ਗੱਲ ਤਾਂ ਮੇਰਾ ਖਿਆਲ ਹੈ ਮੋਰਚੇ 'ਚ ਪਾਸ ਵੀ ਹੋ ਸਕਦੀ ਮੋਰਚੇ ਪਾਸ ਹੋ ਸਕਦੀ ਹੈ ਪਰ ਸਵਾਲ ਇਹ ਹੈਗਾ ਰੂਤਸੇ ਮਾਨਸਾ ਤੁਸੀਂ ਵਿਸਾਖੀ ਵਾਲਾ ਸਵਾਲ ਵੀ ਖੜਾ ਕਰ ਸਕਦੇ ਸੀ ਵਿਸਾਖੀ ਤਾਂ ਬਹੁਤ ਵੱਡਾ ਤਿਹਾਰ ਹੈ ਕਿਸਾਨਾਂ ਦੇ ਲਈ ਵਾਢੀ ਦਾ ਦੌਰ ਸ਼ੁਰੂ ਹੋ ਜਾਣਾ ਉੱਥੇ ਕਿਸਾਨ ਅੰਦੋਲਨ ਦੇ ਵਿੱਚ ਕਿਸਾਨ ਹਮਾਇਤੀਆਂ ਕਿਸਾਨ ਕਿੰਨੀ ਦਿਨ ਖੜ੍ਹ ਸਕਦੇ ਨਹੀਂ ਇਹਦਾ ਇੱਕ ਗੱਲ ਹੁੰਦਾ ਹੈ ਬਸਾਖੀ ਆ ਸਾਡਾ ਧਰਮ ਸਥਾਨਿਕ ਧਰਮ ਕ ਮੇਲਾ ਹਾਂ ਅਸੀਂ ਸਾਡੇ ਅੰਦੋਲਨ ਨੂੰ ਧਰਮ ਦੇ ਨਾਲ ਨਹੀਂ ਜੋੜਨਾ ਚਾਹੁੰਦੇ ਦਿਨ ਮਨਾਵਾਂਗੇ ਬਸਾਖੀ ਦਾ ਬਾਕੇ ਕਿਉਂ ਉਸ ਦਿਨ ਖਾਲਸਾ ਪੰਥ ਦਾ ਇੱਕ ਨਿਉ ਜੜ ਰੱਖੀ ਗਈ ਆ ਉਹ ਦਿਨ ਮਨਾਵਾਂਗੇ ਪਰ ਉਸ ਦਿਨ ਤੇ ਕੋਈ ਉੱਥੋਂ ਚੱਕਰ ਕਹੀਏ ਮੇਰਾ ਖਿਆਲੋਂ ਸੰਭਵ ਵੀ ਨਹੀਂ ਹੈਗਾ ਟਕੈਤ ਸਾਹ ਵਾਲਾ ਬੰਨ ਠੀਕ ਹੈ ਮੈਂ ਕਿਹਾ ਵਿਸਾਖੀ ਕਿਵੇਂ ਇੱਕਦਮ ਮੇਰੀ ਗੱਲ ਜਾਦ ਕਰ ਲਓ ਜਿੱਦੇ ਮੈਂ ਮਾਨਸਾਹ ਮੇਰਾ ਖਿਆਲੋਂ ਛੋਡੇ ਪ੍ਰਸ ਵਾਲੇ ਉੱਤੇ ਹੋਣਗੇ ਮੈਂ ਲੋਕਾਂ ਨੂੰ ਉੱਥੇ ਕਹਿਦਾ ਤੇ ਵੀ ਲੈ ਵੀ ਮਿੱਤਰੋ ਆ ਗਏ ਆਪਾਂ ਨੂੰ ਦਸਹਿਰਾ ਇੱਥੇ ਦੇਖਣਾ ਪਊਗਾ ਦੀਵਾਲੀ ਇੱਥੇ ਦੇਖਣੀ ਪਊਗੀ ਦੋਨੇ ਚੀਜ਼ਾਂ ਅਸੀਂ ਪੰਜਾਬ 'ਚ ਸ਼ੜਕ ਗੱਡੀ ਦੇ ਰੇਲੇ ਤੇ ਦੇਖੀ ਤੁਹਾਡੇ ਸਾਹਮਣੇ ਦੋਨੇ ਚੀਜ਼ਾਂ ਦੇਖੀਆਂ ਤੇ ਉਸ ਤੋਂ ਬਾਅਦ ਅਸੀਂ ਦਿੱਲੀ ਚਲੇ ਗਏ ਦਿੱਲੀ ਵੀ ਅਸੀਂ ਕਿਹਾ ਵੀ ਲੋਹੜੀ ਇੱਥੇ ਦੇਖਾਂਗੇ ਠੀਕ ਹੈ ਨਾ ਗੱਲ ਲੋੜੀ ਉੱਥੇ ਦੇਖੀ ਐ ਜਿੰਨੇ ਵੀ ਸੀ ਇਦਾਂ ਦੇ ਕੋਈ ਜਨਮ ਦਿਨ ਆਇਆ ਕੋਈ ਸਾਰੇ ਅਸੀਂ ਉੱਥੇ ਮਨਾ ਰਹੇ ਹਾਂ ਕਿਸੇ ਦਾ ਵੀ ਆ ਗਿਆਗਾ ਚਾਹੇ ਹਿੰਦੂ ਧਰਮ ਚੋਂ ਆ ਗਿਆ ਚਾਹੇ ਕਿਸੇ ਮੁਸਲਮਾਨ ਧਰਮ ਚੋਂ ਆ ਗਿਆ ਚਾਹੇ ਸਿੱਖ ਧਰਮ ਚੋਂ ਆ ਗਿਆ ਸਾਰੇ ਦਾ ਦਿਨ ਮਨਾ ਰਹੇ ਹਾਂਗੇ ਜਿਹੜਾ ਅੰਦੋਲਨ ਉੱਥੋਂ ਉਸ ਦਿਨ ਦਾ ਕਰ ਗਣਾ ਬਲਿਆ ਠੀਕ ਹੈ ਹਾਂ ਸਾਹਿਬ ਮੈਨੂੰ ਪੁੱਛਣਾ ਹੁੰਦੇ ਨੇ ਵੀ ਕਿੰਨਾ ਚਿਰ ਲੰਮਾ ਚੱਲੂ ਮੈਂ ਸਮਝ ਲਵਾਂ ਮਸਾਖੀ ਇੱਥੇ ਦੇਖਣੀ ਪਊ ਮੈਂ ਮੈਂ ਕਹਿ ਦਾਂ ਨਾ ਇੰਨੀ ਗੱਲ ਕੋਈ ਕਰਨੀ ਮਸਾਖੀ ਇੱਥੇ ਟਾਈਮ ਐ ਸਵਾਲ ਕੀਤਾ ਵਸਾਖੀ ਹਾਂ ਮੈਂ ਮਸਾਖੀ ਮਤਲਬ ਸਵਾਲ ਹੀ ਨਹੀਂ ਪੈਦਾ ਹੁੰਦਾ ਸਰਕਾਰ ਦੇ ਹੱਥ ਖੜੇ ਨਾ ਹੋਣਗੇ ਲੰਮਾ ਲੈ ਜੀ ਬੋਟਾਂ ਵਿਛੇ ਹਸਬ ਦੀ ਸਾਰੇ ਬੋਟਾਂ ਵਿਛੇ ਤਾਂ ਇਹਨਾਂ ਨੇ ਦੇਸ਼ ਵੇਚ ਤਾ ਮਤਲਬ ਡਾਨੀ ਵਾਨੀਆਂ ਨੂੰ ਰੇਲ ਵੇਚਤੀ ਜਹਾਜ਼ ਵੇਚਤੇ ਆਪਦੀ ਸਰਕਾਰ ਬਣਾਉਣ ਦੇ ਮਾਰੇ ਸਾਰਾ ਜਦੋਂ ਇਹਨਾਂ ਨੇ ਪਤਾ ਲੱਗਿਆ ਲੋਕ ਸਾਡੇ ਨਾਲ ਗੁੱਸੇ ਹੋਗੇ ਸਰਕਾਰ ਨੂੰ ਹੱਥ ਖੜੇ ਕਰਨੀ ਪੈਣਗੇ ਸਾਡੀਆਂ ਮੰਗਾਂ ਮੰਨਣਗੇ ਕੀ ਤੁਸੀਂ ਸਾਰਾ ਕੁਝ ਕਰਕੇ ਦੇਖ ਰਿਹਾ ਰੁਲ ਸਿੰਘ ਮਾਨ ਸਾਹਿਬ ਟਰੈਕਟਰ ਪ੍ਰੇਡ ਤੁਸੀਂ ਕੱਟ ਲਈ ਚੱਕੇ ਜਮ ਤੁਸੀਂ ਕਰ ਰਹੇ ਰੇਲਾ ਤੁਸੀਂ ਰੋਕ ਲੀਆਂ ਰੇਲ ਦਾ ਚੱਕਾ ਜਮ 4 ਘੰਟੇ ਲਈ ਤੁਸੀਂ ਕਰ ਲਿਆ ਸਰਕਾਰ ਤੇ ਕੋਈ ਅਸਰ ਹੋਇਆ ਇਹਜ ਆਸਰ ਕਰਾਂਗੇ ਸਰਕਾਰ ਤੇ ਮਾੜੀ ਨਹੀਂ ਬੋਲਣਾ ਚਾਹੁੰਦਾ ਤੇ ਸਰਕਾਰ ਯਾਦ ਰੱਖੂਗੀ ਇਹਜਾ ਲਾਲ ਆਉਣਾ ਖੀਰ ਤੇ ਜਾ ਕੇ ਕਿਉਂ ਨਹੀਂ ਬੋਲਣਾ ਚਾਹੁੰਦੇ ਬੋਲਣਾ ਚਾਹੁੰਦੇ ਨਾ ਉਹ ਕਹਿੰਦੇ ਰੁਲੂ ਸਿੰਘ ਮਾਨਸਾ ਜਦੋਂ ਬੋਲਣਗੇ ਅਸੀਂ ਉਹਨਾਂ ਨੂੰ ਸੁਣਨਾ ਨਹੀਂ ਮੇਰੀ ਗੱਲ ਤਾਂ ਸੁਣੋ ਨਹੀਂ ਇਹ ਕੱਲਾ ਨਹੀਂ ਉਹ ਮੀਟਿੰਗ ਦੇ ਵਿੱਚ ਪਾਸ ਹੋ ਕੇ ਗੱਲਾਂ ਆਉਂਦੀਆਂ ਨੇ ਗਿਆ ਜਮਾ ਆਉਣਗੇ ਵੱਡੇ ਤੋਂ ਵੱਡੇ ਪ੍ਰੋਗਰਾਮ ਆਉਣਗੇ ਤੇ ਸਰਕਾਰ ਯਾਦ ਰੱਖੂਗੀ ਉਸ ਗੱਲ ਨੂੰ ਫਾਟ ਜੋਗੀ ਕੋਲੋਟੀ ਤੁਸੀਂ ਅੱਗੇ ਨਾਲ ਡਿਪਲੋਮੈਟ ਹੋ ਗਏ ਹੋ ਰੁਲ ਸਿੰਘ ਮਾਨਸਾ ਮੈਂ ਉੱਥੇ ਤੁਹਾਨੂੰ ਕਵਰ ਕਰਦਾ ਰਿਹਾ ਉੱਥੇ ਤੁਸੀਂ ਮੈਨੂੰ ਵਾਜ ਮਾਰਦੇ ਹੁੰਦੇ ਸੀ ਫਟਾਫਟ ਮੇਰਾ ਬਿਆਨ ਲਓ ਭਾਈ ਨਹੀਂ 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 ਥੋੜਾ ਮੈਂ ਤੁਹਾਨੂੰ ਬਾਤ ਕਰਦਾ ਹੁਣ ਵੀ ਮੈਨੂੰ ਜਿਹੜਾ ਇੱਥੇ ਮਤਲ ਲੈ ਜਾਂਦਾ ਸਦਾ ਮੈਂ ਸ਼ੁਕਰੀਆ ਕਰਦਾ ਨਹੀਂ ਧੰਨਵਾਦ ਸਾਰੇ ਪੰਜਾਬ ਵੱਲੋਂ ਸਾਰੇ ਦੇਸ਼ ਵੱਲੋਂ ਤੁਸੀਂ ਉੱਥੇ ਸਾਰੇ ਝੁੱਟੇ ਹੋਏ ਹੋ ਰੁਲ ਸਿੰਘ ਮਾਨਸਾ ਸਵਾਲ ਇਹ ਹੈਗਾ ਕਿ ਤੁਸੀਂ ਲੋਕ ਕਹਿ ਰਹੇ ਹੋ ਕਿ ਖੇਤੀ ਕਰੂਨਾ ਦੇ ਹੱਕ ਵਿੱਚ ਜਿਹੜਾ ਵੀ ਖੜਦਾ ਉਹਦਾ ਸਾਡੇ ਨਾਲ ਕੋਈ ਲੈਣਾ ਦੇਣਾ ਨਹੀਂ ਉਹਦਾ ਬਾਈਕਾਟ ਹੈ ਤੁਸੀਂ ਇਹੀ ਗੱਲ ਨਾ ਕਹਿੰਦੇ ਹੋ ਨਾ ਤੁਸੀਂ ਉਸ ਸਿਆਸਤ ਨੂੰ ਹੀ ਪਾਸੇ ਕੀਤਾ ਹੋਇਆ ਮੇਰਾ ਮੇਰੀ ਸਮਝ ਥੋੜੀ ਉਲਟ ਹੈ ਜੀ ਗੈਰ ਸਿਆਸੀ ਤੇ ਇਥੇ ਸਾਧ ਵੀ ਹੈ ਨਹੀਂ ਡੇਰੇ ਵਾਲਾ ਹਮ ਸਾਰੇ ਲੋਕ ਰਾਜਨੀਤਿਕ ਆ ਹੁਣ ਉਰਦੂ ਸਿੰਘ ਕਿਵੇਂ ਕਹ ਦੂ ਵੀ ਗੈਰ ਸਿਆਸੀ ਮਹਾਰਾਜਨੀਤੀ ਨਾਲ ਜੁੜਿਆ ਕਿਹੜਾ ਲੀਡਰ ਸਾਡਾ ਰਾਜਨੀਤੀ ਨਾਲ ਨਹੀਂ ਜੁੜਿਆ ਪਰ ਕਿਸਾਨਾਂ ਨੂੰ ਇਕੱਠੇ ਕਰਨ ਵਾਸਤੇ ਉਹ ਸਾਡੇ ਇੱਕ ਆਵਦੇ ਮੁੱਦੇ ਨੇ ਉੱਥੇ ਜ਼ਰੂਰ ਸੀ ਰਾਜਨੀਤਿਕ ਲੋਕਤੰਤਰੀ ਪਾਸੇ ਰਹਦੇ ਆ ਮੇਰੀ ਆਪਦੀ ਪਾਰਟੀ ਦਾ ਬੰਦਾ ਕੋਈ ਜਾ ਕੇ ਸਟੇਟੇ ਨਹੀਂ ਬੋਲਦਾ ਨਹੀਂ ਜਾਊਗਾ ਨਾ ਬੋਲੂ ਜਿਹਦੇ ਨਾਲ ਮੈਂ ਸੰਬੰਧ ਰੱਖਦਾਗਾ ਵੀ ਇਹ ਉਸ ਕਰਕੇ ਸਾਨੂੰ ਅੰਦੋਲਨ ਫਿਰ ਏਕਤਾ ਬਾਦ ਦੀ ਉਹਦੇ ਨਾਲ ਰੱਖਾਂਗੇ ਕਰਨਾ ਤੇ ਨਹੀਂ ਰਾਜਨੀਤੀ ਦਾ ਹਰ ਇੱਕ ਬੰਦੇ ਕਰਦਾ ਹਰ ਇੱਕ ਨੂੰ ਕਰਨੀ ਪੈਂਦੀ ਹੈ ਚਾਹੇ ਡੇਟਾ ਨਾਲ ਸਾਥ ਹੋਵੇ ਕੋਈ ਉਹ ਵੀ ਰਾਜਨੀਤੀ ਕਰਦਾ ਹੈ ਇਹ ਭਾਰਤ ਦੇ ਵਿੱਚ ਜਿਹੜੀ ਤੁਸੀਂ ਗੱਲ ਮੈਨੂੰ ਪਹਿਲਾ ਸਵਾਲ ਕੀਤਾ ਮੈਂ ਥੋੜਾ ਜਿਆਦਾ ਤੁਹਾਨੂੰ ਬਰੀਕੀ ਸਵਾਲ ਦੇਣਾ ਜਿੰਨਾ ਚਿਰ ਦੁਸ਼ਮਣ ਦੇ ਆਰਥਿਕ ਸੱਟ ਨਾ ਮਾਰੀਏ ਉਹਨਾਂ ਜਿੰਨਾ ਚਿਰ ਦੁਸ਼ਮਣ ਮੰਨਦਾ ਨਹੀਂ ਹੁੰਦਾ ਸਰਕਾਰ ਦੇ ਇੱਕ ਅਸੀ ਆਰਥਿਕ ਸੱਟ ਮਾਰੀ ਐ ਟੂ ਪਲੇਜਾਂ ਦਾ ਪੈਸਾ ਪੰਜਾਬ ਚ ਕਿੱਦੇ ਦੇ ਮੌਜਨਾ ਘੱਡੀਆਂ ਲੱਗਣ ਦੇਣ ਆਪਣੀਆਂ ਮੇਰਾ ਖਿਆਲ ਸਾਰੇ ਪੰਜਾਬ ਚ ਐਸ਼ਨਾ ਸਾਰੀ ਟ੍ਰਾਂਪੋਰਟ ਰੱਬਦੀ ਐ ਫਿਰ ਹਰਿਆਣਾ ਚ ਟੱਪਣ ਲੱਗੀ ਹੁਣ ਰਾਜਸਥਾਨ ਚ ਟੱਪਣ ਲੱਗੀ ਥੋੜੇ ਜਨ ਨੂੰ ਮੇਰਾ ਖਿਆਲ ਜੂਪੀ ਵਾਲੇ ਟਪਾਉਣ ਲੱਗ ਜਾਣਗੇ ਇੱਕ ਆਰਥਿਕ ਸੱਟ ਐ ਇਹ ਲੰਮਾ ਦੋਲਣ ਚੱਲਿਆ ਤਾਂ ਕੰਪਨੀਆਂ ਦਾ ਖਾਸਾ ਨੁਕਸਾਨ ਇੱਕ ਆਰਥਿਕ ਸੱਟ ਹੀ ਮਾਰਾਂਗੇ ਕੰਪਨੀਆਂ ਨੂੰ ਪਤਾ ਲੱਗ ਜਾਊਗਾ ਇੱਥੇ ਕੀ ਬੈਣੀ ਉਹ ਗੋਣੀਆਂ ਉਹ ਘਾਰੇ ਸਮਝ ਤੁਸੀਂ ਆਰਥਿਕ ਸੱਟ ਵਾਲੇ ਸਵਾਲ ਤੇ ਆ ਗਏ ਹਰੁਲ ਸਿੰਘ ਮਾਨ ਸਾਹਿਬ ਤੁਸੀਂ ਇਹ ਕਹਿੰਨੇ ਹੋ ਕਿ 11 ਸਿਆਸੀ ਬੰਦਾ ਤਾਂ ਕੋਈ ਵੀ ਨਹੀਂ ਹੈਗਾ ਰੂਲ ਸਿੰਘ ਮਾਨਸਾ ਖੁਦ ਸਿਆਸੀ ਪਿਛੋਕੜ ਵਾਲੇ ਬੰਦੇ ਆ ਮੇਰਾ ਸਵਾਲ ਹੈ ਰੂਲ ਸਿੰਘ ਮਾਨਸਾ ਜਿਹੜੀ ਸਿਆਸਤ ਕਾਰਪੋਰੇਟਸ ਨਾਲ ਸਾਂਝ ਪਾਈ ਬੈਠੀ ਹੈ ਜਿਹੜੀ ਉਹਨਾਂ ਨਾਲ ਕਾਰੋਬਾਰ ਕਰਦੀ ਹੈ ਉਹਨਾਂ ਨੂੰ ਨਖੇੜ ਕੇ ਨਹੀਂ ਤੁਸੀਂ ਦੇਖ ਸਕਦੇ ਉਹਨਾਂ ਨੂੰ ਨਖੇੜਨਾ ਨਹੀਂ ਤੁਹਾਡਾ ਮਕਸਦ ਹੈਗਾ ਜਾਂ ਤੁਸੀਂ ਕਹਿੰਦੇ ਹੋ ਕਿ ਉਹ ਸਿਆਸੀ ਬੰਦੇ ਕਾਰਪੋਰੇਟਸ ਨਾਲ ਆਪਦੀਆਂ ਸਾਂਝਾਂ ਪਾਈ ਜਾਣ ਤੇ ਕੋਈ ਦਿੱਕਤ ਨਹੀਂ ਤੇ ਖੇਤੀਬਾੜੀ ਦੇ ਖਿਲਾਫ ਵੀ ਬੋਲੀ ਜਾਣ ਨਖੇੜਨਾ ਕੀ ਨਹੀਂ ਹਾਂ ਪੰਜਾਬ ਤੋਂ ਨਖੇੜ ਤੇ ਹਾਂ ਪੰਜਾਬ ਦੇ ਵਿੱਚ ਉਸ ਪਾਰਟੀ ਦਾ ਇੱਕ ਤਰ੍ਹਾਂ ਦਾ ਪਤੀਲਾ ਬਣ ਜਾ ਗਿਆ ਨਿਕਲ ਗਏ ਆਉਣ ਦਿਓ ਬੋਟਾਉਣ ਦਿਓ ਸਾਨੂੰ ਕਹਿਣ ਦੀ ਲੋੜ ਨਹੀਂ ਪਣੀ ਅਸੀਂ ਨਹੀਂ ਕਿਸੇ ਨੂੰ ਕਹਿਣਾ ਕਿ ਵਪਾਰੀ ਨੇ ਮੱਦ ਵਰਗ ਨੇ ਆਪਦਾ ਵਪਾਰ ਬਚਾਉਣਾ ਨਹੀਂ ਕਿ ਛੋਟੇ ਦੁਕਾਨਦਾਰ ਨੇ ਆਪਣੀ ਦੁਕਾਨਾਂ ਬਚਾਉਣੀਆਂ ਨਹੀਂ ਕਿ ਆਰਥੀਆਂ ਨੇ ਆਪਦਾ ਕੰਮ ਬਚਾਉਣਾ ਨਹੀਂ ਜੋ ਟਰਾਂਸਪੋਰਟ ਤੇ ਮਤਲਬ ਇੰਨਾ ਤੇਲ ਮਹਿੰਗਾ ਕਰਤਾ ਇਹਨਾਂ ਨੇ ਉਹ ਮਤਲਬ ਉਹਦੇ ਵਾਸਤੇ ਸੋਚਣਾ ਨਹੀਂ ਇਹ ਲੋੜ ਹੀ ਨਹੀਂ ਪਣੀ ਸਾਨੂੰ ਕਹਿਣ ਦੀ ਕੋਈ ਲੋੜ ਨਹੀਂ ਪਣੀ ਲੋਕ ਇਹਨਾਂ ਦਾ ਪਤੀਲਾ ਮਾਜਦੇ ਨੇ ਕਿ ਚਿੰਤਾ ਨਾ ਕਰਿਓ ਰੂਲਸ ਨੂੰ ਮਾਨਸਾ ਜਿਹੜਾ ਜਿਹੜੀ ਜਿਹੜੀ ਗੱਲ ਤੁਸੀਂ ਵਾਰ-ਵਾਰ ਕਹਿੰਨੇ ਹੋ ਬਾਨੀਆਂ ਡਾਨੀ ਦਾ ਤੁਸੀਂ ਜ਼ਿਕਰ ਕਰਦੇ ਹੋ ਉਹ ਬਾਨੀਆਂ ਡਾਨੀ ਨਾਲ ਸਾਡੇ ਸਿਆਸਤਦਾਨਾਂ ਦੀ ਭਾਈਵਾਲੀ ਹੈ ਸਾਡੀ ਸਾਡੇ ਸਿਆਸਤਦਾਨਾਂ ਦੀ ਉਹਨਾਂ ਨਾਲ ਸਾਂਝ ਹੈ ਉਹਨਾਂ ਨਾਲ ਕਾਰੋਬਾਰ ਕਰਦੇ ਆ ਉੱਥੇ ਤੁਸੀਂ ਕੁਝ ਬੋਲਦੇ ਨਹੀਂ ਕਿ ਚੁੱਪ ਬੈਠੇ ਹੋ ਤੁਸੀਂ ਉੱਥੇ ਨਹੀਂ ਨਹੀਂ ਕੋਈ ਚੁੱਪ ਨਹੀਂ ਬੰਦੇ ਜਿਹੜਾ ਕਾਰੋਬਾਰ ਕਰੂਗਾ ਉਹ ਜਮਾ ਕਹਿੰਦੇ ਆ ਜੇ ਮੇਰੇ ਖਿਆਲ ਕਾਰਪੋਰੇਟਰ ਘਰਾਂ ਨੇ ਆ ਜਾਂਦੇ ਨੇ ਵੱਡੀ ਖੇਤੀ ਕਰਨ ਤੇ ਆ ਜਾਂਦੇ ਨੇ ਬਾਅ ਕਹੇ ਦੇ ਨਾ ਵੱਡੇ ਲੋਕਾਂ ਦਾ ਉਹ ਖੇਤੀ ਦੇ ਵਿੱਚ ਹਿੱਸਾ ਹੋਊਗਾ ਬਾਅ ਕਹੇ ਦੇ ਸਾਂਝੇ ਫਾਰਮ ਬਣਾਉਣਗੇ ਉਹ 7000 ਕਿੱਲੇ ਤੋਂ ਲੈ ਕੇ 30000 ਕਿੱਲੇ ਫਾਰਮ ਬਣਾਉਣਾ ਇਹਨਾਂ ਨੇ ਉਹ ਬਾਕੇ ਦੇ ਨੇ ਤੇ ਸੀਰ ਹੋਣਗੇ ਜਿਨ੍ਹਾਂ ਨੇ ਵੱਡਾ ਪੈਸਾ ਕਮਾਇਆ ਅੱਜ ਕਿਸੇ ਦਾ ਸਿੱਧਾ ਅਸੀਂ ਨੋ ਵੀ ਲੈਨੇ ਆ ਉਹ ਸਾਡੇ ਅੰਦੋਲਨ ਦੇ ਵਿੱਚ ਕੋਈ ਦਿੱਕਤ ਬਣਦੀ ਹੈਗੀ ਉਹ ਲੋਕ ਸਾਡੇ ਨਾਲ ਬਹੁਤ ਜੇ ਉਹ ਨਹੀਂ ਜੁੜੇ ਤਾਂ ਉਹਨਾਂ ਦੇ ਵਰਕਰ ਤਾਂ ਜੁੜੇ ਹੋਏ ਨੇ ਸਾਡੇ ਨਾਲ ਤੁਹਾਨੂੰ ਪਤਾ ਹੈ ਪਰ ਵੀ ਕਿੰਨਾ ਦੀ ਸਾਂਝ ਹੈਗੀ ਸਾਰਾ ਪੱਕਾ ਸਾਰਾ ਪਤਾ ਤੁਸੀ ਤਾਂ ਉਸ ਖੇਤਰ ਤੁਸੀਂ ਮੈਨੂੰ ਕਹਿ ਹੁੰਦਾ ਮੈਂ ਸਾਂਝੀ ਗੱਲ ਕਰਨ ਤੋਂ ਕੀ ਪ੍ਰਕਾਸ਼ ਸਿੰਘ ਬਾਦਲ ਨੂੰ ਅਡਾਨੀ ਬਾਨੀ ਮਿਲੇ ਨਹੀਂ ਕੀ ਫੋਟਮਾ ਹੈ ਨਹੀਂ ਕੀ ਰਾਜਾ ਸਾਹਿਬ ਨਾਲ ਫੋਟਮਾ ਉਹਨਾਂ ਦੀ ਹੈ ਨਹੀਂ ਕੀ ਦੇ ਨਾ ਨਹੀਂ ਫੋਟੋ ਮੰਗੀਆਂ ਕੋਈ ਕਿਸੇ ਸਟੇਟ ਦਾ ਮੁੱਖ ਮੰਤਰੀ ਚੁਣਿਆ ਜਾਂਦਾ ਡਾਨੀ ਬਾਨੀ ਨਾਉਂਦੀਆਂ ਫੋਟੋ ਮੰਨੇ ਮਤਲਬ ਹੀ ਹੁੰਦਾ ਵੀ ਸਾਡੀ ਸਰਕਾਰ ਬਣਾਉਣੀ ਨਹੀਂ ਉਹ ਤਾਂ ਸਟੇਟ ਦੇ ਪ੍ਰੋਜੈਕਟ ਦੀ ਤੁਸੀਂ ਗੱਲ ਕਰਦੇ ਪਿਆ ਨਾ ਮੈਂ ਤਾਂ ਨਿੱਜੀ ਪ੍ਰੋਜੈਕਟਾਂ ਦੀ ਗੱਲ ਕਰਦਾ ਪਿਆ ਮਾਨਸਾ ਸਾਹਿਬ ਮੇਰੀ ਗੱਲ ਤਾਂ ਸੁਣੋ ਮੈਂ ਜਿਹੜਾ ਤੁਸੀਂ ਮੋਦੀ ਨੂੰ ਗੱਡੀ ਤੇ ਬਹਉਣ ਵਾਲੀਆਂ ਉਹ ਡਾਨੀ ਬਾਨੀ ਨੇ ਸਾਰਾ ਪੈਸਾ ਪ੍ਰਚਾਰ ਤੇ ਆਪਦਾ ਜਹਾਜ਼ ਦੇ ਕੇ ਰੱਖਿਆ ਉਹਨਾਂ ਨੂੰ ਪੂਰਾ ਮਤਲਬ ਕਰ ਗਿਆ ਉਹਨਾਂ ਨੇ ਸਾਰਾ ਕੁਝ ਪੈਸਾ ਖਰਚ ਕਰਿਆਗਾ ਇਸੇ ਤੋਂ ਮੋਦੀ ਫਸਿਆ ਹੋਇਆ ਹੈ ਵੀ ਜੇ ਮੈਂ ਹੁਣ ਕਰੀ ਹੋਈ ਗੱਲ ਤੋਂ ਮੁੱਕਰਦਾ ਇੱਕ ਬੰਦਾ ਮਨ ਕਰਦਾ ਹੈਗਾ ਉਹ ਉਹਨਾਂ ਨੂੰ ਵਧੀਆ ਮੈਂ ਤਾਂ ਇਹੀ ਕਹਾਂ ਚੌਕੀਦਾਰ ਵਧੀਆ ਮਿਲੇਗਾ ਆਪਦਾ ਹੁਕਮ ਲੈ ਰਹੇ ਨੇ ਜਹਾਜ਼ ਉਹਨਾਂ ਨੂੰ ਦੇਤੇ ਰੇਲਾਂ ਉਹਨਾਂ ਨੂੰ ਦੇਣ ਜਾ ਰਹੇ ਨੇਗੇ ਸਾਰਾ ਕੁਝ ਦੇਸ਼ ਦਾ ਦੇ ਹੀ ਜਾਂਦੇ ਨੇ ਹੁਣ ਕੱਲੀ ਰਹਿ ਜਾਂਦੀ ਹੈ ਜ਼ਮੀਨ ਦੇਖੋ ਤੁਸੀਂ ਕੱਪੜੇ ਤੋਂ ਬਣਾ ਸਰ ਲੋਗੇ ਰੁੱਲ ਤੋਂ ਕੋਲ ਜਾਟ ਕਾ ਨਾ ਪਾਊਗਾ ਕੱਪੜੇ ਪਾਟੇ ਪਾ ਲਾਂਗੇ ਪਹਿਲਾਂ ਸਾਡੇ ਬਜ਼ੁਰਗ ਟਾਕੀਆਂ ਲਾ ਕੇ ਪਾਉਂਦੇ ਟਾਕੀਆਂ ਲਾ ਕੇ ਪਾਵਾਂਗੇ ਪਰ ਰੋਟੀ ਤਾਂ ਅੱਥ ਨੇ ਖਾਦੇ ਬਣਾ ਸਰਦਾ ਨਹੀਂ ਨਾ ਠੀਕ ਹੈ ਨਾ ਮੈਂ ਕਹਿੰਦਾ ਉੱਟੀ ਰੁੱਖੀ ਵੀ ਖਾ ਲਾਂਗੇ ਪਰ ਕਣਕ ਕਰਦੈ ਦੀ ਜਰੂਰਤ ਹੋਣਾ ਘੱਟੋ ਘੱਟ 250 ਗ੍ਰਾਮ ਆਟਾ ਇੱਕ ਬੰਦੇ ਨੂੰ ਚਾਹੀਦਾ ਹੀ ਚਾਹੀਦਾਗਾ ਜਿਹਨੂੰ ਬਕਾਣਾ ਹੈਗਾ ਦੋਨਾਂ ਟਾਈਮਾਂ ਦਾ 400 ਗ੍ਰਾਮ ਬਚਾਹੀਦਾ ਤਾਂ ਉਹਦਾ ਡੰਗ ਲਹੂਗਾ ਉਹ ਉਸ ਖੇਤੀ ਤੇ ਕਬਜ਼ਾ ਕਰਨਾ ਚਾਹੁੰਦੇ ਪੂੰਜੀ ਬਾਦ ਬਹੁਤ ਗਾਹਾਂ ਵਧੂਗਾ ਤੁਸੀਂ ਇਹ ਇਹ ਨਾ ਕਹੋ ਹਰ ਜੇ ਸਾਡੇ ਲੋਕ ਹੁ ਟੱਕਰ ਲੈ ਜਾਂਦੇ ਨੇ ਕਿਹੜੇ ਕਾਨੂੰਨਾਂ ਨੂੰ ਰੱਦ ਕਰਾ ਦੇਣਾ ਮੈਂ ਤੁਹਾਨੂੰ ਗਰੰਟੀ ਕਰਦਾ ਜਿਹੜੇ ਦੇਸਾਂ ਨੂੰ ਨਪੀੜਤ ਕਰਿਆ ਇਹਨਾਂ ਕਾਨੂੰਨਾਂ ਨੇ ਜਿੱਥੇ ਖੇਤੀਕਾਰ ਪਰੇਟੇਰ ਘਰਾਂ ਦੇ ਹੱਥ ਚਾਈ ਹੈ ਉਹ ਲੋਕ ਦੁਬਾਰੇ ਸਾਨੂੰ ਸਦਣਗੇ ਵੀ ਤੁਸੀਂ ਕਹੇ ਅਧੂਲਣ ਲੜਿਆ ਕਿਹੜੇ ਤਰੀਕੇ ਨਾਲ ਲੜਿਆ ਉਹ ਸਾਨੂੰ ਸਦਣਗੇ ਤੇ ਜਾਵਾਂਗੇ ਗਵਾਹੀ ਕਰਾਂਗੇ ਅਸੀਂ ਉਹਨਾਂ ਦੀ ਅ ਰੋਲ ਸਿੰਘ ਜੀ ਤੁਹਾਡੇ ਬਾਰੇ ਇਹ ਸਵਾਲ ਚੁੱਕਿਆ ਜਾ ਰਿਹਾ ਤੁਹਾਨੂੰ ਇਹ ਸਵਾਲ ਪਸੰਦ ਵੀ ਨਹੀਂ ਹੋਊਗਾ ਤੇ ਜਿਹੜੇ ਦਰਸ਼ਕ ਦੇਖ ਰਹੇ ਉਹਨਾਂ ਨੂੰ ਵੀ ਇਹ ਸਵਾਲ ਪਸੰਦ ਨਹੀਂ ਹੋਊਗਾ ਉਹ ਕਹਿੰਦੇ ਪੰਜਾਬ ਦੇ ਲੀਡਰ ਜਿਨ੍ਹਾਂ ਨੇ ਇਸ ਅੰਦੋਲਨ ਦੀ ਅਗਵਾਈ ਕੀਤੀ ਜਿਨ੍ਹਾਂ ਨੇ ਪਿਰਤ ਪਾਈ ਅੱਜ ਕੱਲ ਪ੍ਰੈਸ਼ਰ ਵਿੱਚ ਦਬਾਅ ਵਿੱਚ ਬੋਲਣ ਲੱਗਿਆਂ ਵੀ ਡਰਦੇ ਪਏ ਆ ਅਸੀਂ ਕੋਈ ਸਰਕਾਰ ਦੇ ਦਵਾਜ਼ ਨਹੀਂ ਠੀਕ ਹੈ ਨਾ ਗੱਲ ਪਬਲਿਕ ਦਾ ਦਬਾਅ ਹਮੇਸ਼ਾ ਵਾਸਤੇ ਲੀਡਰਾਂ ਤੇ ਹੁੰਦਾ ਹੁੰਦਾ ਹੈ ਜਿਹੜਾ ਜੇ ਪਬਲਿਕ ਦੀ ਦਬਾਅ ਕਹੇ ਲੋ ਤੇ ਪਬਲਿਕ ਦੀ ਲੀਡਰ ਜਿਹੜਾ ਗੱਲ ਨਹੀਂ ਮੰਨੂਗਾ ਉਹ ਲੀਡਰ ਨਹੀਂ ਇੱਥੇ ਕਰ ਸਕਦਾ ਇਹ ਜੇ ਲੋਕ ਨੇ ਤਿੰਨ ਚੀਜ਼ਾਂ ਨਾਲ ਅਦੋਲਣ ਚੱਲਦਾ ਹੁੰਦਾ ਇੱਕ ਲੋਕਾਂ ਦਾ ਇਕੱਠ ਇੱਕ ਜੇ ਕਹ ਜੀਏ ਪੈਸਾ ਇੱਕ ਕਹ ਜੀਏ ਖਰਾਕ ਤੇ ਇੱਕ ਚੌਥੀ ਆ ਲੀਡਰਸ਼ਿਪ ਕਿੰਨ ਲੀਡਰਸ਼ਿਪ ਕਿੰਨੀ ਸਿਆਣੀ ਹੈ ਕਿੰਨੀ ਉਹ ਦੜ ਰਾਤ ਦੇ ਨਾਲ ਲੜ ਸਕਦੀ ਹੈ ਕੀ ਉਹ ਆਖਰੀ ਦਮ ਤੱਕ ਲੜ ਸਕਦੀ ਹੈ ਕੋ ਬਚਾਲੋ ਭੱਜਿਆ ਪਰ ਅੱਜ ਸਮਾਂ ਇਹ ਆ ਗਿਆ ਲੀਡਰ ਬਚਾਲੋ ਨਹੀਂ ਭੱਜ ਸਕਦੇ ਚਾਹੇ ਜੋਰ ਨਾਲ ਕੋਈ ਵੀ ਹੋਵੇ ਉਹਨਾਂ ਨੂੰ ਆਖਰੀ ਦਮ ਤੱਕ ਲੜਨਾ ਪਊਗਾ ਸਵਾਲ ਹੀ ਨਹੀਂ ਪਤਾ ਪਿੱਛੇ ਛੜ ਜਾਣਗੇ ਤੁਹਾਡੇ ਤੇ ਦਬਾਅ ਸਿਰਫ ਲੋਕਾਂ ਦਾ ਹਾਂ ਬਹੁਤ ਹੋਰ ਕਿਸੇ ਦਾ ਦਬਾਅ ਨਹੀਂ ਨਾ ਨਾ ਸਰਕਾਰ ਦਾ ਬਹੁਤ ਮੰਦੀ ਨਹੀਂ ਦੀ ਸਿੱਕਾ 32 ਜਥੇਬੰਦੀ ਤੋਂ ਇਲਾਵਾ ਜਿਹੜੀਆਂ ਬਾਕੀ ਦੇਸ਼ ਦੀਆਂ ਜਥੇਬੰਦੀਆਂ ਉਹਨਾਂ ਦਾ ਕੋਈ ਦਬਾਅ ਨਹੀਂ 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 ਉਹਦਾ 500 ਜਥੇਬੰਦੀ ਇਕੱਠੀ ਹੋਗੇ ਜਿਹੜੇ ਮਤਲਬ ਜੇ ਕਹ ਜੀਏ ਹੁਣ ਦੂਜੇ ਵਪਾਰੀ ਤਲਕੀ ਦੀ ਸਾਨੂੰ ਹਮਾਇਤ ਹੈ ਆਰਥਿਕ ਦੀ ਸਾਨੂੰ ਹਮਾਇਤ ਹੈ ਅਸੀਂ ਕਹਿਣੇ ਵੀ ਸਾਰੇ ਭਾਰਤ ਦੇ ਲੋਕ ਇਕੱਠੇ ਹੋਏ ਨੇ ਕੱਲਾ ਇੱਕ ਕਿਸਾਨ ਦਾ ਮਸਲਾ ਤਾਂ ਹੀ ਨਹੀਂਗਾ ਇਹ ਤਾਂ ਸਾਰੇ ਜੇ ਕਹ ਜੀਏ ਭਾਰਤ ਦਾ ਮਸਲਾ ਹੈਗਾ ਸਾਰੇ ਜਿਹੜੇ 92% ਲੋਕ ਜਿਹੜੇ ਕਾਰੋਬਾਰ ਚਲਾਉਂਦੇ ਇਹ ਉਹਨਾਂ ਦਾ ਮਸਲਾ ਹੈ ਸਿਰਫ 8% ਲੋਕੇ ਤੋਂ ਬਾਹਰ ਰਹਣਗੇ ਚਲੋ ਇੱਕ ਹੋਰ ਛੋਟਾ ਵਕਫਾ ਲਵਾਂਗੇ ਵਕਫੇ ਤੋਂ ਬਾਅਦ ਅਸੀਂ ਆਖਰੀ ਹਿੱਸੇ ਵਿੱਚ ਹੋਵਾਂਗੇ ਸਵਾਲ ਰੁਲਜੂ ਸਿੰਘ ਮਾਨਸਾਹਰਾਂ ਨੇ ਚੁੱਕਿਆ ਕਿ ਇਕੱਲੇ ਕਿਸਾਨ ਦਾ ਮਸਲਾ ਨਹੀਂ ਹੈਗਾ ਇਹੀ ਗੱਲ ਉਹ ਵਾਰ-ਵਾਰ ਸਮਝਾ ਰਹੇ ਆ ਪੂਰੇ ਦੇਸ਼ ਵਿੱਚ ਕਿੰਨੀ ਸਮਝ ਆ ਰਹੀ ਹੈ ਕਿ ਇਹ ਸਵਾਲ ਮਹੱਤਵਪੂਰਨ ਹੈ ਇਕੱਲੇ ਕਿਸਾਨ ਦਾ ਮਸਲਾ ਨਹੀਂ ਇਕੱਲੇ ਜ਼ਮੀਨ ਦਾ ਮਸਲਾ ਨਹੀਂ ਜ਼ਮੀਰ ਦਾ ਮਸਲਾ ਵੀ ਹੈਗਾ ਵਾਪਸ ਆ ਰਹੇ ਵੀਊਪੁਆਇੰਟ ਚੈੱਕ ਕਰਫੇ ਤੁਹਾਨੂੰ ਸਵਾਗਤ ਹੈ ਰੁਦਲ ਸਿੰਘ ਮਾਨ ਸਾਹਿਬ ਬੜੀ ਵਿਵਾਕੀ ਨਾਲ ਜਵਾਬ ਦੇ ਰਹੇ ਆ ਤੇ ਉਹਨਾਂ ਤੋਂ ਹੋਰ ਸਵਾਲ ਵੀ ਲਵਾਂਗੇ ਅਸੀਂ ਆਖਰੀ ਹਿੱਸੇ ਵਿੱਚ ਰੁਦਲ ਸਿੰਘ ਜੀ ਤੁਸੀਂ ਵਾਰ-ਵਾਰ ਆਰਐਸਐਸ ਦਾ ਜ਼ਿਕਰ ਕਰਦੇ ਹੋ ਜਿਹੜੀ ਸਟੇਜ ਤੇ ਤੁਸੀਂ ਚੜਦੇ ਹੋ ਤੁਸੀਂ 25000 ਜਾਣੇ ਗੇ ਲੈ ਲਨੇਓ ਕਿ ਸੰਗ ਦੇ 25000 ਜਾਣੇ ਤੁਹਾਡੇ ਖਿਲਾਫ ਲਾਏ ਹੋਏ ਆ ਤੁਹਾਨੂੰ ਕਿਵੇਂ ਪਤਾ ਰੁਦਲ ਸਿੰਘ ਮਾਨ ਸਾਹਿਬ ਮੇਰਾ ਖਿਆਲ ਹੈ ਵੀ ਉਹਨਾਂ ਦੀਆਂ ਵੀਡੀਓ ਨੇ ਬਾਕੇ ਦੀ ਹਾਂ ਉਹਨਾਂ ਨੇ ਪ੍ਰੋਡਕਟ ਕਰਾਉਂਦੀਆਂ ਵੀਡੀਓ ਨੇਗੀਆਂ ਕਈ 12 ਮਾਤਲ ਪੁਲਿਸ ਦੀ ਵਰਦੀ ਕਰਕੇ ਉਹਨਾਂ ਨੇ ਹਮਲੇ ਪਹਿਲਾਂ ਵੀ ਕਰ ਰਹੇ ਨੇ ਕਟੋਕਟਾ ਮੁਸਲਮਾਨਾਂ ਤੇ ਹਮਲੇ ਕਰਨਗੇ ਪਲੇਟ ਲੱਗੀ ਨਹੀਂ ਹੁੰਦੀ ਸੋਡੇ ਪੱਤਰਕਾਰ ਹੀ ਦਿਖਾਉਂਦੇ ਨੇ ਬਰਾਬਰ ਤੁਰਦੇ ਨੇ ਵੀ ਸਰਦਾਰ ਜੀ ਸੋਡੇ ਪਲੇਟ ਨਹੀਂ ਲੱਗੀ ਬਾਕੇ ਦੇ ਨੂੰ ਟ੍ਰੇਨਿੰਗ ਦਿੱਤੀ ਹੋਈ ਆ ਸਾਰੇ ਕੰਮ ਦੀ ਮੈਂ ਜਦੋਂ ਇੱਥੋਂ ਗਿਆ ਤਿਆਰੀ ਸਾਡੇ ਦੋਲ ਨੇ ਮੈਂ ਇੱਕ ਵੱਡੀ ਮੀਟਿੰਗ ਕਰਾਈ ਤੇ ਜਨਤ ਦੇ ਰਾਜ ਦੇ ਮੇਰੇ ਬਰਕਰਾਰਾਂ ਦੇ ਤੁਹਾਨੂੰ ਲੈ ਕੇ ਅਸੀਂ ਸਾਰਿਆਂ ਸਾਡੀ ਬਹਿਸ ਹੋਈ ਕਿ ਦੋਲ ਨੇ ਵੱਡਾ ਚੱਲੂ ਸਾਨੂੰ ਪਤਾ ਲੱਗੇ ਵੀ ਚੱਲਣ ਆਏ ਨੇ ਅਖੀਰ ਤੇ ਮੇਰੇ ਬਰਕਰਾਰਾਂ ਨੇ ਮੈਨੂੰ ਇਹ ਕਿਹਾ ਸੀਗਾ ਵੀ ਸਰਕਾਰ ਸਾਰੇ ਹਿੱਲੇ ਹਾਰ ਗਈ ਫੇਰ ਕੀ ਕਰੂਗੀ ਮੈਂ ਉਹਨਾਂ ਨੂੰ ਕਿਹਾ ਜੀ ਉਹਨਾਂ ਕੋਲ 25000 ਬੰਦਾ ਟ੍ਰੇਨਿੰਗ ਦਿੱਤੀ ਹੋਈ ਆ ਡ ਰਾਫਲਦੀ ਵੀ ਸਾਰਾ ਕੁਝ ਹੈ ਖੀਰ ਤੇ ਉਹਨਾਂ ਤੋਂ ਹਮਲੇ ਕਰ ਉਹਨਾਂ ਨੇ ਤੇ ਤੁਹਾਡੇ ਸਾਹਮਣੇ ਨੇ ਕੀ ਇਤਨੇਰਦੀ ਆ ਕੇ ਕਾਨਫਰੰਸ ਤੇ ਉਹਨਾਂ ਨੇ ਹਮਲਾ ਨਹੀਂ ਕੀਤਾ ਤੁਹਾਡੇ ਸਾਹਮਣੇ ਹੈਗਾ ਉਹ ਤਾਂ ਬੱਚਤ ਰਹਿ ਗਈ ਅਸੀਂ ਸਾਡੇ ਨੌਜਵਾਨ ਰੋਕ ਲਈ ਨਹੀਂ ਵੱਡਾ ਦਿਖਾ ਦੋਗਾ ਜੀ ਅਧੂਲਨ ਵੀ ਗਿਆ ਤੀਗਾ ਤੇ ਉਹ ਵੀ ਕਰ ਕਰ ਕੇ ਕਿਛੇ ਨਹੀਂ ਕਰਿਆ ਟਕੈਂਦ ਕੋਲੇ ਗਈ ਨਹੀਂ ਉਹ ਕੀ ਸਾਡਾ ਜਿਹੜਾ ਹਜ਼ਾਰ ਮੁੰਡਾ ਇੱਥੇ ਬੈਠਾ ਤੇ ਉਰਲੇ ਪਾਸੇ ਰਾਜਸਥਾਨ ਦੇ ਅੱਡ ਮੁਰੇ ਆ ਗਿਆ ਜਿਹੜਾ ਨੌਜਵਾਨ ਤੇਜ ਹੁੰਦੇ ਨੇਗੇ ਕਿ ਰਾਤ ਨੂੰ ਉਹਦੇ ਲੱਠੀ ਚਾਰਚ ਕਰਿਆ ਨਹੀਂ ਉਹਨਾਂ ਨੇ ਉਹ ਆਰਐਸ ਲਗਾ ਨੇ ਕੋਈ ਪੁਲਿਸ ਨੇ ਕੁਝ ਨਹੀਂ ਕਿਹਾ ਮੈਂ ਸੱਚੀ ਲੈ ਪਰ ਉਸ ਮੇਰੀ ਗੱਡੀ ਜਾਂਦੀ ਰਹੀ ਦਿੱਲੀ ਚ ਚਲ ਕੇ ਦੁਬਾਰਾ ਛੇ ਝੜਾਪ ਪੈ ਗਈ ਐ ਸਲੂਟ ਮਾਰਦੇ ਨੇ ਮੁੰਡੇ ਤਾਂ ਉਹ ਉਸ ਸਾੜੇ ਤਾਂ ਤੁਹਾਡੀ ਗੱਡੀ ਦਾ ਸ਼ੀਸ਼ਾ ਤੋੜਤਾ ਸੀ ਹਾਂ ਉਹ ਕੁਸ ਉਹ ਸਾਢੇ ਵੀ ਲਾ ਲਓ ਅਸੀਂ ਗੱਡੀ ਗਾਹਾਂ ਲਗਾ ਲਈ ਉਹ ਕੋਈ ਨਿਯਮ ਹੋਣਗੇ ਉਹਨਾਂ ਦੇ ਉਹਨਾਂ ਨੇ ਮਗਰੋਂ ਡੰਡਾ ਮਾਰਿਆ ਸੀ ਸ਼ੀਸ਼ਾ ਪੁੱਟ ਗਿਆ ਮੇਰਾ ਕਹਿਣ ਦਾ ਮਤਲਬ ਕੀ ਪੁਲਿਸ ਕੋਲ ਕਿ ਜ਼ਮੀਨ ਨਹੀਂ ਕੀ ਫੌਜ ਕੋਲ ਜ਼ਮੀਨ ਨਹੀਂ ਉਹਨਾਂ ਮਾਂ ਪਿਓ ਖੇਤੀ ਨਹੀਂ ਕਰਦਾ ਕੀ ਹਰਿਆਣੇ ਦੀ ਪੁਲਿਸ ਕੋਲ ਜ਼ਮੀਨ ਨਹੀਂ ਮੈਂ ਕਹਿੰਦਾ ਜੇ ਚੱਲ ਉਹ ਸਾਡੇ ਨਾਲ ਨਾ ਹੋਣ ਫਿਰ ਹੈਲੀਕਾਪਟਰ ਲਾ ਲੈਗਾ ਫਿਰ ਮੋਦੀ ਲਾਹਰਾਂ ਨੇ ਜਲਾ ਕੇ ਦਿਖਾਵੇ ਉਹ ਏਦੋਂ ਬਾਅਦ ਜੋ ਕੰਮ ਖਰਾਬ ਕਰਾਊਗਾ ਉਹਦੇ ਅਰੇਰੈਸਟੂ ਕਰਾਊਗਾ ਸਾਡੇ ਵੀ ਨਿਗਾਚ ਹੈ ਸਾਡੇ ਵੀ ਧਿਆਨ ਚ ਹੈ ਪਰ ਅਸੀਂ ਇਹ ਗੱਲ ਕਹਿੰਨੇ ਆ ਇਹ ਜਾ ਕੰਮ ਨਹੀਂ ਅਸੀਂ ਦੋ ਬੰਦੇ ਇਕੱਠੇ ਕਰ ਲਈਏ ਗੈਰ ਕਾਨੂੰਨੀ ਹੈ ਮੈਂ ਕਹਿੰਦਾ ਸਾਡੇ ਪੰਜਾਬ ਦੇ ਵਿੱਚ ਕਿਸੇ ਸਮੇਂ ਕਿਸੇ ਨੇ ਕਹਤਾ ਵੀ ਅਸੀਂ ਤਾਂ ਖਾਲਸਾ ਬਣਾਵਾਂਗੇ ਉਹ ਤਾਂ ਜੀ ਗੈਰ ਕਾਨੂੰਨੀ ਹੈ ਤੇ ਜਿੱਦਾਂ ਇਹਨੂੰ ਹਿੰਦੂ ਰਾਸ਼ਟਰ ਬਣਾਉਣਾ ਉਹਦੇ ਉਸ ਠੀਕ ਹੈ ਜੀ ਸਾਡਾ ਹੈ ਭਾਰਤ ਦੇਸ਼ ਹੈ ਸਾਡਾ ਕਿਉਂ ਕਿਸੇ ਇੱਕ ਧਰਮ ਦਾ ਅਸੀਂ ਕਿਉਂ ਬਣਨ ਦੇਵਾਂਗੇ ਮੈਂ ਲਾਲ ਕਿਲੇ ਦਾ ਕਿਉਂ ਵਿਰੋਧ ਕਰਿਆ ਝੰਡਾ ਚੜਾਉਂਦਾ ਮੈਂ ਕਹਿੰਦਾ ਸਿੱਖ ਧਰਮ ਨੇ ਝੰ ਸਵੇਰੇ ਹਿੰਦੂ ਚੜਾਉਣਗੇ ਫਿਰ ਮੁਸਲਮਾਨ ਚੜਾਉਣਗੇ ਫਿਰ ਸਾਡਾ ਲਾਲ ਕਿੱਲਾ ਬਣਕੀ ਗਿਆ ਭਾਈ ਮਤਲਬ ਦਾ ਰਹਿ ਗਈ ਕਿ ਉਹ ਤੋਂ ਬਾਅਦ ਮੈਨੂੰ ਇਹ ਤਾਂ ਦੱਸ ਦੋ ਇੱਕ ਮਾਰਥਾ ਹੈ ਸਾਡੀ ਸਦੀਆਂ ਤੋਂ ਲੈ ਕੇ ਬਣੀ ਹੋਈ ਹੈਗੀ ਸਾਰਿਆਂ ਦੀ ਸਾਂਝੀ ਹੈ ਮੈਂ ਤਾਂ ਹੁਣ ਵੀ ਕਹਣਾ ਪਾਰਲੀਮੈਂਟ ਸਾਡਾ ਹੈ ਲਾਲ ਕਿਲਾ ਸਾਡਾ ਹੈ ਉਹਨੂੰ ਜੇ ਅਸੀਂ ਨੁਕਸਾਨ ਪਹੁੰਚਾਵਾਂਗੇ ਅਸੀਂ ਆਪਦੇ ਲੋਕਾਂ ਦੀ ਜਿਹੜੀ ਜਾਇਦਾਦ ਹੈ ਉਹਨੂੰ ਨਾ ਅਸੀਂ ਬੋਚ ਕੇ ਰੱਖਦੇ ਹਾਂ ਜਾਇਦਾਦ ਨੂੰ ਜਿਹੜੀ ਸਰਕਾਰੀ ਜਾਇਦਾਦ ਹੈ ਉਹ ਸਰਕਾਰ ਦੀ ਨਹੀਂ ਹੈਗੀ ਉਹ ਲੋਕਾਂ ਦੀ ਹੁੰਦੀ ਹੈ ਉਹਨੂੰ ਸਾਲਵ ਕਰਨਾ ਜਿਆਦਾ ਤੁਹਾਨੂੰ ਇਹ ਖਾਲਸਾ ਨਹੀਂ ਕਹਿੰਦੇ ਐ ਮਾਓਵਾਦੀ ਕਹਿੰਦੇ ਐ ਕਦੇ ਕਹਿੰਦੇ ਪਾਕਿਸਤਾਨ ਸਪੌਂਸਰ ਹੈ ਚਾਈਨਾ ਸਪੌਂਸਰ ਹੈ ਤੁਸੀਂ ਹੋ ਹੋ ਕੌਣ ਹੋ ਕਾਮਰੇਡੋਂ ਕੌਣ ਹੋ ਤੁਸੀਂ ਮੈਂ ਕਿਸਾਨ ਆਗੂ ਹਾਂ ਲੀਡਰ ਸਮਝਦੇ ਸਮਝਦੇ ਲੋ ਮੇਰੇ ਵਿਚਾਰ ਸਮਾਜਵਾਦ ਨੇ ਮੈਂ ਇੱਕ ਕਿਸਾਰ ਆਗੂ ਹਾਂ ਲੰਮੇ ਸਮੇਂ ਤੋਂ ਮੈਂ ਇਸ ਤੇ ਲੱਗਿਆ ਹਾਂ 1979 ਤੋਂ ਮੈਂ ਇਸ ਤੇ ਲੱਗਿਆ ਪੂਰਾ ਦਿਨ ਲੱਗਿਆ ਹੋਇਆ ਮੈਂ ਕਦੇ ਨਾ ਕੋਈ ਕੋਲ ਛੱਡਿਆ ਨਾ ਆਪ ਦੀ ਮੀਟਿੰਗ ਛੱਡੀ ਹੈ ਦਿਨ ਲੱਗਿਆ ਤੇ ਨਾ ਮੈਨੂੰ ਕੋਈ ਮਰਨ ਮੁੰਦਾ ਡਰ ਐ ਮੈਂ ਇਹ ਕਹਿੰਦੇ ਠੀਕ ਹੈ ਹੁਣ ਫੜੇ ਜਾਈਏ ਇਸ ਉਮਰ ਚ ਤਸ਼ੱਦਦ ਕਰਸ ਕਰਨੇ ਫਿਰ ਕੀ ਬਸ ਬੰਦਾ ਚੱਲੂ ਆ ਇਹ ਉਹ ਸਰਕਾਰਾਂ ਨੇ ਜਿਨ੍ਹਾਂ ਨੇ ਬੰਦ-ਬੰਦ ਘੱਟਤਾ ਇਹ ਉਹ ਸਰਕਾਰ ਨੇ ਜਿਨ੍ਹਾਂ ਨੇ ਤਤੀ ਤਵੀ ਦੇ ਬਹਾਲੇ ਦੀ ਇਹ ਉਹ ਸਰਕਾਰ ਨੇ ਦੇਗਾ ਜਵਾਬ ਦਿੱਤੀ ਇਹ ਸਰਕਾਰਾਂ ਬਾਰੇ ਸਾਰਾ ਕੋਈ ਜਾਣਦੇ ਹੋਣੇ ਹੈਗੇ ਲੜਨ ਵਾਲੇ ਲੋਕ ਸਰਕਾਰ ਚੰਗੀ ਰਹੇ ਮੰਨ ਜੇ ਤੇ ਅਸੀਂ ਆਪਣੇ ਘਰ ਨੂੰ ਆਈਏ ਲੜਾਈ ਫਿਰ ਸਾਡੀ ਮੁੱਕਣੀ ਨਹੀਂ ਜੀ ਮੈਂ ਕੱਲ ਕਹਿੰਦਾ ਲੜਾਈ ਜੇ ਉਹ ਤਾਂ ਕੱਲੀ ਸਾਡੀ ਜ਼ਮੀਨ ਬਚੂ ਕਰਜ਼ਾ ਸਾਡੇ ਉੱਨੀ ਸਰ ਹੈ ਪਟ્રોલ ਤਾਂ ਸਾਨੂੰ ਉਨੀ ਹੀ ਮਹਿੰਗਾ ਮਿਲੂਗਾ ਹੁਣ ਪਟ્રોલ ਸਾਨੂੰ ਕੱਲੇ ਨੂੰ ਮਹਿੰਗਾ ਮਿਲਦਾ ਕੀ ਸ਼ਹਿਰੀਆਂ ਨੂੰ ਮਿਲਦਾ ਨਹੀਂਗਾ ਹੁਣ ਕਈ ਵਾਰ ਇਹਨਾਂ ਨੇ ਪ੍ਰਚਾਰ ਕਰਤਾ ਜੇ ਕੰਪਨੀਆਂ ਜ਼ਮੀਨ ਲੈ ਲੈਣਗੀਆਂ ਤਾਂ ਮਜ਼ਦੂਰਾਂ ਨੂੰ ਆਟਾ ਸਸਤਾ ਦੇ ਦੇਣਗੇ ਫਿਰ ਤੇਲ ਸਸਤਾ ਦੇ ਦੇਣਗਾ ਗਾਹੇ ਸਸਤਾ ਦੇ ਦੇਣਗਾ ਜੇ ਦੇਣਾ ਹੀ ਹੈ ਕਿਸ ਨੂੰ ਦੇ ਦੇਣਗਾ ਸਸਤਾ ਕਿਧਰ ਗਈ ਸਬਸਿਡੀ 400 ਵਾਲਾ ਸਿਲੰਡਰ 800 ਦਾ ਮਿਲਦਾ ਹੈਗਾ ਕਿੱਥੇ ਹੈ ਸਬਸਿਡੀ ਮੈਂ ਪੁੱਛਣਾ ਚਾਹੁੰਦਾ ਸਰਕਾਰਾਂ ਨੂੰ ਇਹ ਸਰਕਾਰ ਜੇ ਇਹਨਾਂ ਦੇ ਹੱਥ ਸ ਆ ਗਿਆ ਮਤਬਰ ਕੇ ਫਸ ਜਾਣਾ ਜਿਵੇਂ ਉਹ ਚਿਪਸ ਮਿਲਦੇ ਨੇ ਜਵਾਕਾਂ ਨੂੰ ਆਲੂ ਵਾਲੀ ਲਫਾ ਵੇਚ ਕੇ ਆਟਾ ਲੈ 100 ਰੁਪਏ ਕਿਲੋ ਦਾ ਆਟਾ ਘੱਟ ਨਹੀਂ ਮਿਲਣਾ ਮੈਂ ਗਰੰਟੀ ਕਰਦਾ ਜਿੱਦ ਦੇ ਖੇਤੀ ਇਹਨਾਂ ਦੇ ਹੱਥ ਜਾ ਗਈ ਹਾਂ ਜੇ ਖੇਤੀ ਨਹੀਂ ਕਿਸਾਨਾਂ ਦੇ ਹੱ ਰੁਲ ਸਿੰਘ ਮਾਨ ਸਾਹਿਬ ਜਿਹੜੀ ਗੱਲਾਂ ਤੁਸੀਂ ਕਹਿ ਰਹੇ ਹੋ ਖੇਤੀ ਕਾਨੂੰਨ ਬਾਰੇ ਤੇ ਹੋਰ ਜਿਹੜੀਆਂ ਗੱਲਾਂ ਤੁਸੀਂ ਕਹਿ ਰਹੇ ਹੋ ਕਿ ਕਾਰਪੋਰੇਟ ਦੇ ਹੱਥ ਵਿੱਚ ਸਾਰਾ ਸਿਸਟਮ ਆ ਗਿਆ ਖੇਤੀ ਦਾ ਤੇ ਤੁਹਾਨੂੰ ਇਹ ਆਟਾ ਵੀ ਸਭ ਕੁਝ ਵੀ ਇੰਦਾ ਮਿਲੂਗਾ ਇਹ ਗੱਲਾਂ ਸਰ ਪੂਰੇ ਦੇਸ਼ ਵਿੱਚ ਤੁਸੀਂ ਲੋਕ ਸਮਝਾ ਨਹੀਂ ਸਕੇ ਇੱਕ ਤੀਗਾ ਮੇਰਾ ਖਿਆਲ ਹੈ ਪੰਜਾਬ 'ਚ ਅਸੀਂ ਬੱਚੇ-ਬੱਚੇ ਨੂੰ ਕੁਝ ਪਹਿਲਾਂ ਸਮਝਾਤਾ ਕੁਝ ਵੱਡੇ ਅਸੀਂ ਜੇ ਕੇਜ ਦੀ ਮਹਾਪੰਚਾਇਤਾਂ ਹੋਣੇ ਉੱਥੇ ਸਮਝਾਈ ਜਾਂਦੇ ਆ ਦੂਜੇ ਸਟੇਟਾਂ 'ਚ ਕੰਮ ਇੰਨਾ ਜ਼ਿਆਦਾ ਮੈਂ ਸੋ ਦੱਸ ਨਹੀਂ ਸਕਦਾ ਮੈਂ ਕਿਹਾ ਚਾਰ ਦਿਨਾਂ ਬਾਅਦ ਨਾਤਾ ਚਾਰ ਦਿਨਾਂ ਬਾਅਦ ਮੈਂ ਤੇ ਤੜਕੇ ਸੁਨੇਹਾ ਮੀਟ ਚਲੋ ਵੀ ਉੱਠ ਖੜੋ ਮੇਰੇ ਨਾਲ ਦੇ ਵੀ ਹੱਕ ਗੇ ਚੌਥੇ ਦਿਨ ਕਹਿੰਦੇ ਵੀ ਨਹਾਉਣ ਦਿੰਦਾ ਨਾ ਨਹਾਉਣ ਨਹੀਂ ਦਿੰਦਾ ਮੈਂ ਕਹਿੰਦਾ ਨਹਾ ਲਓ ਕੋਈ ਗੱਲ ਨਹੀਂ ਵੀ ਉੱਥੇ ਇੱਧਰ ਮੀਟਿੰਗ ਕਰ ਲਈ ਇੱਧਰ ਵਰਕਰਾਂ ਨੂੰ ਮਿਲ ਲੈ ਦੂਜੀ ਸਟ੍ਰੈਟਜੀ ਜਾਣ ਦਾ ਬਣਦਾ ਹੈ ਕਿ ਉੱਧਰ ਜਾਣਾ ਕਰਨਾ ਹੈਗਾ ਉਲਟਾ ਇਹ ਡਰਾਉਂਦੇ ਨੇ ਵੀ ਇਹਨਾਂ ਦੇ ਪਰਚੇ ਦਰਜ ਕਰੋ ਜੀ ਰੋਦੂ ਸੰਗ ਮੈਨੂੰ ਇੱਕ ਗੱਲ ਹੈ ਮੈਨੂੰ ਗਾਲ ਕੱਢ ਲੈ ਸਰਕਾਰ ਮੈਂ ਮੰਨ ਲਉ ਮੈਂ ਇਹਨੂੰ ਮੱਦੇ ਦੋ ਪਰਚੇ ਹੋਰ ਦਰਜ ਕਰਦੇ ਮੇਰੇ ਤੇ ਕਤਲ ਦਾ ਪਰਚਾ ਦਰਜ ਕਰਦੇ ਪਰ ਮੈਨੂੰ ਲਾਲ ਕਿਲੇ ਜਨਮ ਜਿਹੜੀ ਗੱਲ ਤਾਂ ਮੈਂ ਵਿਰੋਧ ਕੀਤਾ ਬਿਲਾਲ ਕਿਲੇ ਜਾਣ ਆ ਰੋਕਦਾ ਮੈਂ ਮੈਥੋਂ ਬੋਲਿਆ ਵੀ ਗਿਆ ਪਰ ਮੈਨੂੰ ਜੇ ਸਰਕਾਰ ਲਾਲ ਕਿਲੇ ਤੇ ਗਿਆ ਬਣਾਉਂਦੀ ਹੈ ਐਦੋਂ ਮਾੜੀ ਸਰਕਾਰ ਜ਼ਿੰਦਗੀ ਚ ਹਮ ਨਹੀਂ ਕਦੇ ਜੋ ਮਰਜੀ ਮੇਰੇ ਦੇ ਕੇ ਇਸ ਪਾ ਦੀ ਪਰ ਮੇਰੀ ਫੋਟੋ ਲਾਲ ਕਿਲੇ ਤੇ ਨਾ ਦਿਖਾਵੇ ਉਹਨਾਂ ਦਾ ਇਤਿਹਾਸ ਝੂਠਾ ਪੇਜੋ ਨਹੀਂ ਲਾਲ ਕਿਲੇ ਦਾ ਜਦੋਂ ਜ਼ਿਕਰ ਹੁੰਦਾ ਰੁਲ ਸਿੰਘ ਮਾਨ ਸਾਹਿਬ ਮੈਂ ਕਦੇ ਤੁਹਾਨੂੰ ਭਾਵਕ ਹੁੰਦੇ ਨਹੀਂ ਦੇਖਿਆ ਪਰ ਤੁਸੀਂ ਲਾਲ ਕਿਲਾ ਦੇ ਨਾਲ ਜਿਹੜਾ ਤੁਹਾਡਾ ਨਾਮ ਜੁੜਦਾ ਤੁਸੀਂ ਉਦੋਂ ਭਾਵਕ ਹੋ ਜਾਂਦੇ ਮੈਨੂੰ ਹੁਣ ਵੀ ਲੱਗਦਾ ਪਏ ਤੁਸੀਂ ਭਾਵਕ ਮੈਂ ਗਿਆ ਹੀ ਨਹੀਂ ਮਗਿਆਨੀ ਤੁਹਾਡੇ ਅੱਖਾਂ 'ਚ ਹੰਝੂ ਕਿਉਂ ਆ? ਝੂਠੀ ਗੱਲ ਜਾਣਨੀ ਬਹੁਤ ਔਖੀ ਹੈ। ਜੇ ਮੈਂ ਗਿਆ ਹੁੰਦਾ ਮੈਂ ਕਹਿ ਜਾਂਦਾ। ਮੈਂ ਗਿਆ ਨਹੀਂ ਨਹੀਂ ਗਿਆ। ਜਿਹੜੇ ਮੇਰਾ ਝੂਠਾ ਨਾ ਟੈਲੀਫੋਨ 'ਚ ਕੱਢਿਆ ਨਾ ਦੀ। ਪ੍ਰੈਸ ਵਾਲੇ ਦੱਸਣ ਕਿ ਰੂਤ ਸਿੰਘ ਉੱਥੇ ਗਿਆ। ਇਹ ਤੁੰ ਝੂਠ ਸੇ ਬੰਦੇ ਸਿਰ ਲੱਗਣਾ ਇਹ ਤੂੰ ਮਰ ਜਾਣਾ ਚਾਹੇ ਰੁਲ ਸਿੰਘ ਮਾਨ ਸਾਹਿਬ ਮੈਂ ਜੋਦਾ ਤੁਹਾਨੂੰ ਜਾਣਦਾ ਜੋਦਾ ਦੇਖਦਾ ਮੈਂ ਕਦੇ ਤੁਹਾਨੂੰ ਇੰਨਾ ਇਮੋਸ਼ਨਲ ਨਹੀਂ ਦੇਖਿਆਗਾ ਤੁਸੀਂ ਬਹੁਤ ਸਖਤ ਦਿਲ ਦੇ ਆਦਮੀ ਹੋ ਸਖਤ ਫੈਸਲੇ ਲੈਣ ਲਈ ਜਾਣੇ ਜਾਂਦੇ ਹੋ ਪਰ ਇਸ ਦੇ ਨਾਲ ਤੁਸੀਂ ਟੁੱਟੇ ਹੋਏ ਮੈਨੂੰ ਜਾਪ ਰਹੇ ਹੋ ਤੇ ਇਹ ਜਿਹੜਾ ਸਰਕਾਰ ਜਾਂ ਦਿੱਲੀ ਪੁਲਿਸ ਤੁਹਾਡੇ ਤੇ ਸਵਾਲ ਖੜਾ ਕਰਦੀ ਇਹਨੂੰ ਪ੍ਰੂਫ ਕਿਵੇਂ ਕੀਤਾ ਜਾਊਗਾ ਰੁਲ ਸਿੰਘ ਮਾਨ ਸਾਹਿਬ ਠੀਕ ਹੈ ਤੁਸੀਂ ਭਾਵਕ ਵੀ ਹੋਏ ਹੋ ਮੈਂ ਕਦਰ ਕਰਦਾ ਤੁਹਾਡੀ ਭਾਵਨਾ ਦੀ ਪਰ ਤੁਸੀਂ ਧਿਆਨ ਵੀ ਰੱਖੋ ਪਾਣੀ ਲੈ ਸਕਦੇ ਹੋ ਤੁਸੀਂ ਠੀਕ ਹੈ ਤੁਸੀਂ ਇਸ ਨੂੰ ਸਾਬਤ ਕਿਵੇਂ ਕਰੋਗੇ ਤੁਸੀਂ ਸਮਾਨ ਸਾਹ ਕਿਉਂਕਿ ਸੋਸ਼ਲ ਮੀਡੀਆ ਜਿਹੜਾ ਪ੍ਰਚਾਰ ਚੱਲਦਾ ਪਿਆ ਉਹਨੂੰ ਰੋਕਣਾ ਬੜਾ ਔਖਾ ਹੋਇਆ ਪਿਆ ਨਹੀਂ ਮੈਂ ਕਿਸੇ ਕੋਲ ਸਾਬਤ ਕਰਨ ਨਹੀਂ ਜਾਂਦਾ ਹਾਂ ਸਰਕਾਰ ਜੋ ਮਰਜ਼ੀ ਕਰੇ ਮੈਂ ਨਾਲ ਆ ਜਾਣਾ ਮੈਨੂੰ ਜਿੱਦ ਫੜ ਲਿਆ ਉਹਦੇ ਪ੍ਰਚਾਰ ਗੱਲਾਂ ਦੱਸ ਦਾਂਗੇ ਕਿ ਮੈਂ ਨਹੀਂ ਗਿਆ ਸਵਾਲ ਹੀ ਨਹੀਂ ਪੈਦਾ ਮੈਨੂੰ ਦੁੱਖ ਹੈ ਮੇਰਾ ਦੋਸਤ ਹੈ ਇੱਕ ਪ੍ਰੋਫੈਸਰ ਹੈ ਤੜਕੇ ਫੋਨ ਕਰੇ ਮੈਂ ਵਿਚਕਾਰ ਟਣਾਂ ਦੀ ਗੱਲ ਕਰੀਏ ਕੀ ਜਵਾਬ ਦਿੱਤਾ ਤੁਸੀਂ ਮੈਂ ਕਹਿੰਦਾ ਨਹੀਂ ਮੇਰੇ ਜਿੱਕੇ ਨੇ ਮੰਜਕੇ ਮੈਂ ਨਹੀਂ ਗਿਆ ਮੈਨੂੰ ਚਾਹੇ ਟੈਰੋਗੇਟ ਕਰ ਲੈ ਉਹ ਮੈਨੂੰ ਦੁੱਖ ਨਹੀਂ ਝੂਠੀ ਫਲਾਉਣੀ ਗੱਲ ਐਦੂੰ ਮਾਰੀ ਕੇ ਇਹ ਪਤਾ ਲੱਗ ਗਿਆ ਵੀ ਸਰਕਾਰ ਗੱਪੀਆਂ ਦੀ ਐ ਇਹ ਗੱਪ ਮਾਰਦੀ ਐ ਇਹ ਕਹਿੰਦੇ 100 ਵਰਗ ਗੱਪ ਮਾਰ ਦੋ ਉਹ ਸੱਚ ਹੋ ਜਾਂਦਾ ਉਹ ਗੱਲ ਸਾਬਤ ਹੋ ਗਈ ਇਹ ਸੱਚ ਕਰਨਾ ਚਾਹੁੰਦੇ ਨੇ ਸਾਡੇ ਸਾਣੇ ਮਤ ਝੂਠੀ ਗੱਲ ਦਾ ਮੈਂ ਕਹਿੰਦਾ ਵੀ ਨਹੀਂ ਮਤਲਬ ਕੱਲਾ ਸੀ ਪ੍ਰਧਾਨ ਮੰਤਰੀ ਗੱਪੀ ਸਮਝਦੀ ਉਹ ਪਰ ਸਭ ਵੱਡੇ ਅਫਸਰ ਵੀ ਗੱਪੀ ਹੋ ਗਏ ਮੈਂ ਕਹਿੰਦਾ ਜਿੱਥੇ ਮੈਂ ਲੰਘਿਆ ਉਥਾਂ ਤੇ ਮੇਰੇ ਪਰਚਾ ਦਰਜ ਕਰਨ ਜਾਂ ਸਾਰਾ ਰਸਤਾ ਦਿੱਤਾ ਵੀ ਤੁਸੀਂ ਉਥੋਂ ਦੀ ਕਿਉਂ ਗਏ ਮਤਲਬ ਕਰਿਆ ਸਾਡੇ ਤੇ ਵੀ ਤੁਸੀਂ ਟਰੈਕਟਰ ਵੱਧ ਲੈ ਗਏ ਪਰਚਾ ਸਾਡੇ ਤੇ 26 ਤਰੀਕ ਨੂੰ ਕਰ ਦੰਦੇ ਨੇ ਤੇ 27 ਨੂੰ ਸਾਨੂੰ ਨੋਟ ਕਰਦੇ ਨੇ ਅਖਾ ਜਵਾਬ ਦਿਓ ਕਾ ਕਿਉਂ ਜਵਾਬ ਦੇਵਾਂਗੇ ਜੋ ਪਰਚਾ ਹੀ ਦਰਜ ਕਰਤਾ ਕਹਦਾ ਜਵਾਬ ਹੈ ਦੇਖੋ ਜਦੋਂ ਪਹਿਲਾਂ ਸਾਨੂੰ ਕਹਿੰਦੇ ਵੀ ਆ ਪਰਚਾ ਦਰਜ ਨਾ ਕਰਦੇ ਸਾਨੂੰ ਪੁੱਛਦੇ ਅਸੀਂ ਵਕੀਲ ਭੇਜਦੇ ਆਉਂਦਾ ਅਸੀਂ ਪਿੱਛੇ ਹੀ ਗਿਆਗੇ ਇਹ ਪਰਚਾ ਮਤਲਬ ਪਹਿਲਾਂ ਦਰਜ ਫਿਰ ਜਵਾਬ ਦਿਓ ਮਤਲਬ ਕਿ ਚੁੱਲ੍ਹੇ ਚਲਾ ਦੋ ਨੇ ਨੋਟ ਜੇ ਮਤਲਬ ਕਿ ਉਹਨੇ ਮੈਂ ਨਾ ਫੜਾ ਨਾ ਮੇਰਾ ਪਰਿਵਾਰ ਫੜੇ ਕੋਈ ਨੋਟ ਨਹੀਂ ਪੜਦੇ ਜਿਹੜਾ ਕੰਮ ਨਾ ਕੀਤਾ ਹੋਵੇ ਨਾ ਉਹਦਾ ਦੁੱਖ ਹੁੰਦਾ ਤੁਸੀਂ ਤਾਂ ਜੇਲਾਂ ਬੜੀਆਂ ਕਟੀਆਂ ਹੋਈਆਂ ਰੁਲਸਗਮਾਨਸ ਕਦੇ ਤੁਸੀਂ ਇੰਨਾ ਟੁੱਟੇ ਨਹੀਂਗੇ ਨਹੀਂ ਟੁੱਟਣਾ ਲਈ ਗੱਲ ਤਾਂ ਹੁਣ ਵੀ ਨਹੀਂ ਕੋਈ ਫਰਕ ਨਹੀਂ ਪੈਂਦਾ ਠੀਕ ਹੈ ਗੁੱਸਾ ਆ ਜਾਂਦਾ ਹੈ ਜਜ਼ਬਾਤ ਨੇ ਨਾ ਟੁੱਟਿਆ ਨਾ ਟੁੱਟਣਾ ਬਿਲਕੁਲ ਨਹੀਂ ਹਾਂ ਚੜ੍ਹਦੀ ਕਲਾ ਚ ਰਹਾਂਗੇ ਗੱਲ ਹੀ ਹੈ ਜਿਹੜੇ ਦਿੱਲੀ ਪੁਲਿਸ ਨੇ ਨੌਜਵਾਨ ਫੜੇ ਹੋਏ ਆ ਜਾਂ ਹੋਰ ਕਿਸਾਨ ਹਮਾਇਤੀ ਜਾਂ ਕਿਸਾਨ ਆਗੂ ਆ ਜਿਹੜੇ ਉਹਨਾਂ ਨੂੰ ਜੇਲ੍ਹਾਂ ਚ ਡੱਕਿਆ ਹੋਇਆ ਜਿੰਨਾਂ ਬਾਰੇ ਕਈਆਂ ਬਾਰੇ ਤਾਂ ਜਾਣਕਾਰੀ ਵੀ ਨਹੀਂ ਹੈਗੀ ਤੁਹਾਡੇ ਕੋਲੇ ਉਹਨਾਂ ਬਾਬਤ ਤੁਸੀਂ ਕੀ ਸੋਚ ਰਹੇ ਹੋ ਉਹਨਾਂ ਬਾਰੇ ਅਸੀਂ ਪੈਸਾ ਲਾਵਾਂਗੇ ਜਵਾਨਤਾ ਕਰਾਵਾਂਗੇ ਮੇਰਾ ਖਿਆਲ ਹੈ ਵੀ 10 12 ਬੰਦੇ ਬਾਹਰ ਜ਼ਮਾਨਤ ਤੋਂ ਆ ਗਏ ਜੋ ਖਰਚਾ ਸਾਰਾ ਅਸੀਂ ਕਰਾਂਗੇ ਟਰੈਕਟਰ ਮਿਲ ਗਿਆ ਸਾਨੂੰ ਮੁਰੰਮਤ ਕਰਾ ਕੇ ਦੇਵਾਂਗੇ ਜਿਹੜਾ ਜ ਕੋਈ ਭੇਜਿਆ ਗਲਤ ਕਰਿਆ ਸਰਕਾਰ ਨੇ ਉਹ ਸਾਰਾ ਕੁਝ ਹੋਊਗਾ ਹੁਣ ਅੱਜ ਕਾ ਨਹੀਂ ਅੱਜ ਮੇਰੇ ਤੇ ਇਹ ਵੀ ਦੋਸ਼ ਲੱਗ ਸਕਦਾ ਹੈ ਵੀ ਰੂਦੁਖਾਨੀ ਜੇਲ੍ਹ ਜਾਣ ਦਾ ਮਾਰਾ ਡਰਦਾ ਭਾਵ ਕੋ ਹੈ ਬਿਲਕੁਲ ਨਹੀਂ ਨਾਮ ਹੈ ਜੇਲ੍ਹ ਟੁੱਟਣਾ ਜੋ ਮਰਦੀ ਹੈ ਜੋ ਮਰਦੀ ਮੈਨੂੰ ਫੜ ਲੈ ਸਰਕਾਰ ਜਿੱਦੇ ਚ ਵੜਲੇ ਕੋਈ ਇੱਕਾ ਨਹੀਂ ਆਪਦੇ ਆਪੇਸ਼ ਨਹੀਂ ਹੋਊਗਾ ਨਾ ਜਾਊਗਾ ਨਾ ਅਦਾਲਤ ਤੇ ਜਾਵਾਂ ਕਿਤੇ ਨਹੀਂ ਜਾਊਗਾ ਜਿੱਦੇ ਫੜ ਲਓ ਤੇ ਦੇਖੀ ਜਾਊਗਾ ਕੋਈ ਜੇਲ੍ਹ ਤੈਨੂੰ ਪਹਿਲਾਂ ਬਥੇਰੀ ਭਰੀਆਂ ਮੈਨੂੰ ਜਿਹੜੇ ਮੈਂ ਬਾਰ ਬਾਰ ਕਹਨਾ ਵੀ ਜਿਹੜਾ ਕ ਮੈਂ ਕੀਤਾ ਨਹੀਂ ਵੀ ਉਹ ਸਰ ਨਹੀਂ ਲੱਗਣਾ ਚਾਹਾਂਗਾ ਜਿਹੜਾ ਮੈਂ ਕੀਤਾ ਹੈ ਉਹ ਨੂੰ ਕੋ ਧੱਕਾ ਨਹੀਂ ਘਾ ਇਹ ਗੰਦਾ ਬਿਣਾ ਕਰੇ ਗੱਲ ਸਿਰ ਲੱਗਦੀ ਹੈ ਔਰ ਜਿਹੜੇ ਗਏ ਨੇ ਹੁਣ ਜੇ ਮੈਂ ਗਿਆ ਹੁੰਦਾ ਮੇਰੀ ਜਥੇਬੰਦੀਆਂ ਚ ਮੈਨੂੰ ਅੰਦਰ ਸਜ਼ਾ ਨਾ ਮਿਲਦੀ ਸਾਡੇ ਲੀਡਰ ਨੂੰ ਮਿਲੀ ਹੈ ਜਿਹੜੇ ਅੱਗੇ ਤੁਹਾਡੇ ਸਾਹਮਣੇ ਮੈਂ ਨਾਂ ਨਾ ਰਵਾਂ ਜੀ ਆ ਅੱਠ ਲੀਡਰਾਂ ਨੂੰ ਬਾਕੇ ਦੇ ਬਣਦੀ ਸਜ਼ਾ ਮਿਲੀ ਹੈ ਬਾਕੇ ਦੇ ਜਿੰਨੇ ਜਿੰਨੇ ਕਰ ਫਰਕ ਰੱਖਿਆਗਾ ਮੈਂ ਕਿਹਾ ਸੀ ਮੇਰੇ ਸਾਬ ਮੁਤਾਬਕ ਮੈਂ ਗੱਲ ਮੇਰੇ ਮੂੰਹ ਸੱਜਦੀ ਨਹੀਂ ਅਸੀਂ ਦੋ ਲੀਡਰਾਂ ਜਿਹੜੇ ਅਸੀਂ ਸਹੀ ਰਸਤੇ ਨੰਗੜ ਦੇ ਗਿਆ ਜਾਂ ਬਲਬੀਰ ਰੱਜਣਗੇ ਜਾਂ ਮੈਂ ਗਿਆ ਤੇ ਮੇਰੇ ਨਾਲ ਬੂਟਾ ਸੁਗਿਆ ਤੁਸੀਂ ਇਕੱਠੇ ਸੀਗੇ ਉਹwidehat ਦੀ ਬੀੜਰ ਜਾਲੇ ਕੱਲਾ ਰਹਿ ਗਿਆ ਜੀ ਕਹਿੰਦਾ ਮੈਂ ਨਹੀਂ ਜਾਂਦਾ ਪੁੱਛਿਆ ਇੱਕੋ ਸੋਚੇ ਬਥੇਰੇ ਲੋਕਾਂ ਨੂੰ ਕਹਿੰਦਾ ਸਵਾਲ ਨਹੀਂ ਬਦਮਗੱਲਾਂ ਤੁਰ ਕੇ ਬਗੜ ਜੂ ਜਾਂਦੇ ਲੋਕਾਂ ਨੂੰ ਜਾਣਾ ਹੈਗਾ ਇਹੀ ਗੱਲ ਮੈਂ ਕਹੀ ਬੂਟਾ ਸੂ ਮੇਰੇ ਨਾਲ ਹੈਗਾ ਸਿਗੀਆਂ ਤਿੰਨ ਚਾਰ ਲੀਟਰ ਹੈਗੇ ਮਤਲਬ ਜਿਹੜੇ ਅਸੀਂ ਗਏ ਨਹੀਂ ਘਟ ਘਟ 8 ਲੀਟਰ ਸਾਡੇ ਮਤਲਬ ਉਹ ਵੀ ਭੁੱਲੇ ਰਸਤੇ ਪਏ ਨੇਗੇ ਉਹਨਾਂ ਨੂੰ ਬਾਕੇ ਦੇ ਅੰਦਰਲੀ ਮਿਲਦੀ ਆ ਸਾਢੇ ਸੱਜਾ ਮਿਲਦੀ ਆ ਬਾਕੇ ਦੇ ਮਾਨ ਕਰੀ ਵੀ ਆ ਤੈਨੂੰ ਭਾਈ ਇੰਨੇ ਚਿਰ ਬਾਸਤੇ ਤੂੰ ਬੋਲ ਨਹੀਂ ਸਕਦਾ ਫਿਰ ਮੈਨੂੰ ਉੱਥੇ ਨਾਲ ਸਜ਼ਾ ਮਿਲਦੀ ਜਿਹੜਾ ਸਰਕਾਰ ਮੇਰੇ ਤੇ 200 ਲਾਉਂਦੀ ਹੈ ਫਿਰ ਜੇ ਸਰਜੀਤ ਫੁੱ ਫੇ ਮੈਨੂੰ ਰੂਦੂ ਸੰਗ ਕੋਈ ਕੰਨਾ ਮਿਲਦੀ ਉੱਥੇ ਕਿਉਂ ਮੈਂ ਕੋਈ ਜਿਆਦਾ ਪਿਆਰਾ ਹੁੰਦਾ ਜਿ세 ਬੰਦਿਆਂ ਦਾ ਬੰਦਾ ਕੋਈ ਮੈਂ ਜਿਆਦਾ ਕੰਮ ਕਰਦਾ ਸਰੀਰ ਸਰੀਰ ਤੇ ਮੇਰਾ ਪੜਿਆ ਲਿਖਿਆ ਵੀ ਸਾਰਾ ਕੁਝ ਸਹੀ ਕਰਗਾ ਜੇ ਉਹਨਾਂ ਨੂੰ ਸਜ਼ਾ ਮਿਲ ਸਕਦੀ ਆ ਜਿਹੜੇ ਰਸਤੇ ਸੇ ਜਾਣਾ ਨਹੀਂ ਫੇ ਮੈਨੂੰ ਕਿਉਂ ਨਾ ਮਿਲੀ ਉਹ ਸਜ਼ਾ ਮੈਂ ਪੁੱਛਣਾ ਚਾਹੁੰਦਾ ਸਰਕਾਰ ਨੂੰ ਤੇ ਨਾਲ ਮੈਂ ਪ੍ਰੈਸ ਨੂੰ ਪੁੱਛਣਾ ਚਾਹੁੰਦਾ ਫੇ ਮੇ ਫੇ ਮੇਰੇ ਦੇ ਠੂਠਾ ਦੋਸਤ ਕਿਉਂ ਲਾਇਆ ਜਾਂਦਾ ਜਿੱਦੇ ਕੋਈ ਫੈਸਲੇ ਹੋਣਗੇ ਫੇ ਕੋਈ ਡਰਾਂਗੇ ਨਹੀਂ ਕੋਈ ਗੱਲ ਨਹੀਂ ਪਰ ਨਹੀਂ ਮੈਂ ਹੁਣ ਬਾਰ-ਬਾਰ ਕਹਿਣਾ ਮੈਂ ਨਹੀਂ ਗਿਆ ਕੁਝ ਤੁਸੀਂ ਜਿਹੜੇ ਰੂਟਸ ਤੇ ਜਾਂਦੇ ਹੋ ਰੁਲਸੇ ਮਾਨਸਾ ਦਿੱਲੀ ਦੇ ਵਿੱਚ ਤੇ ਜਗਾ ਜਗਾ ਸੀਸੀਟੀਵੀ ਲੱਗੇ ਹੋਏ ਆ ਦਿੱਲੀ ਦੀ ਸਰਕਾਰ ਉੱਥੇ ਆਮ ਆਦਮੀ ਪਾਰਟੀ ਦੀ ਅਰਵਿਦ ਕੇਜਰੀਵਾਲ ਹਰਨ ਦੀ ਤੁਸੀਂ ਉਹਨਾਂ ਤੋਂ ਕੋਈ ਡਿਮਾਂਡ ਨਹੀਂ ਕੀਤੀ ਕਿ ਸਾਡੇ ਰੂਟਸ ਦਿਖਾਓ ਕਿੱਥੇ ਕਿੱਥੇ ਅਸੀਂ ਗਏ ਸੀ ਕਿੱਥੇ ਤੁਹਾਡੇ ਫੁੱਲਾਂ ਦੀ ਬਾਰਿਸ਼ ਹੁੰਦੀ ਹੈ ਕਿੱਥੇ ਤੁਹਾਡੇ ਟਰੈਕਟਰ ਦੇ ਨਾਲ ਝਾਕੀਆਂ ਜਾਂਦੀਆਂ ਪਈਆਂ ਉਹ ਚੀਜ਼ਾਂ ਤੁਸੀਂ ਦਿੱਲੀ ਪੁਲਿਸ ਤੋਂ ਨਹੀਂ ਦਿੱਲੀ ਸਰਕਾਰ ਤੋਂ ਨਹੀਂ ਡਿਮਾਂਡ ਸਰਕਾਰ ਨੂੰ ਇਹੀ ਰਾਹ ਪਾਉਣੀ ਚਾਹੀਦੀ ਹੈ ਵੀ ਆ ਦਿਖਾਓ ਆ ਦਿਖਾਓ ਅਸੀਂ ਕਿਉਂ ਦਿਖਾਈਏ ਮੇਰੇ ਸਾਡੇ ਕੋਲੇ ਹੈ ਸਾਰੀਆਂ ਚੀਜ਼ਾਂ ਮੇਰੇ ਵੀਡੀਓ ਆਪਦੇ ਮੇਰੇ ਕੋਲ ਹੈਗਾ ਦੋ ਪੱਤਰਕਾਰ ਮੇਰੀ ਗ ਇੱਕ ਤਾਂ ਆਪਣਾ ਮੁੰਡਾ ਕ੍ਰਾਂਤੀ ਹੈ ਉਹ ਕਾਫੀ ਮੇਰੀ ਗੱਡੀ ਚੜ ਕੇ ਗਿਆਗਾ ਫਿਰ ਇੱਕ ਸਮਝਲ ਹੋਰ ਨੇ ਉਹਨਾਂ ਮੈਂ ਜਾਣਦਾ ਨਹੀਂ ਦੋ ਹੀ ਮੁੰਡੇ ਬੈਠੇ ਨੇਗੇ ਉਹ ਮੇਰੀ ਇੰਟਰਵਿਊ ਲੈ ਕੇ ਗਏ ਨੇ ਫਿਰ ਜਿਹੜਾ ਉਹ ਦੂਜਾ ਸਾਡਾ ਮੋਰਚ ਬਣਾਇਆ ਇੱਕ ਵਿੰਗ ਬਣਦਾ ਹੁੰਦਾ ਕਿਸਾਨਾਂ ਨੇ ਸੈੱਲ ਬਣਾਇਆਗਾ ਉਹ ਕਾਫੀ ਗੱਡੀ ਮੇਰੇ ਬਰਾਬਰ ਗਏ ਨੇ ਇੱਕ ਥਾਂ ਤੇ ਮੈਨੂੰ ਦਿੱਕਤ ਆਈ ਮੈਂ ਮੰਨੀ ਆ ਨਾ ਨੌਜਵਾਨ ਮੇਰੀ ਗੱਡੀ ਮੂਰੇ ਲਟਕੇ ਬਾਪੂ ਇੱਧਰ ਮੈਂ ਬਿਲਕੁਲ ਨਹੀਂ ਮੈਂ ਪਾਸੇ ਕਰਾ ਕੇ ਬੁੱਟਾ ਤੋਂ ਆਇਆ ਬਲਕਰਨ ਬੱਲੀ ਆ ਉਹ ਪਾਸੇ ਕਰਕੇ ਜਿੰਨੇ ਟਰੈਕਟਰ ਸਾਡੇ ਮਗਰ ਸੀ ਨਾ ਕਿ ਮਾਥਰੇ 6 ਵਜੇ ਆਪਦੇ ਕੈਂਪ ਤੇ ਆ ਜਾਗਾ ਮਤ ਮੇਰਾ ਹੋਰ ਦੇਖ ਲੋ ਵੀ ਲੋਕ ਇਹ ਆ ਹੋ ਗਿਆ ਹੋ ਗਿਆ ਮੈਂ ਮੌਜ ਨਾਲ ਕੇ ਸੁੱਤਾ ਮੇਰੀ ਸਿਹਤ ਤੇ ਕੋਈ ਅਸਰ ਨਹੀਂ ਸੀ ਮੈਨੂੰ ਪਤਾ ਵੀ ਜੇ ਕੁਛ ਡਰਕੂ ਲੋਕ ਭੱਜ ਜਾਣਗੇ ਸਾਡੇ ਪੱਕੇ ਵਰਕਣੇ ਨਹੀਂ ਜਾਣਾ ਉੱਥੇ ਹੀ ਰਹਿਣਗੇ ਸਮਝ ਲੈ ਧੋਲਣ ਤੇ ਚੜ ਗਿਆ ਉੱਥੇ ਮੁੜ ਕੇ ਆ ਗਿਆ ਮੈਂ ਸੁੱਤਾ ਪਿਆ ਮੈਨੂੰ 2 ਵਜੇ ਫੋਨ ਆਇਆ ਬਾਹਰੋਂ ਕਿਸੇ ਮੁੰਡੇ ਦਾ ਉਹ ਭਾਬ ਕੋ ਕੇ ਰੋਪਿਆ ਜਿਵੇਂ ਅੱਜ ਮੈਂ ਭਾਬ ਕੋ ਆ ਸਮਝ ਲੈ ਮੈਂ ਕੀ ਗੱਲ ਸਿਰਾਂ ਕਹਿੰਦਾ ਬਾਪੂ ਜੀ ਸੁੱਤੇ ਪਿਆ ਮਖਾ ਕਹਿੰਦਾ ਸੌ ਕਮਾਲ ਕਰਤੀ ਤੁਸੀਂ ਮਖਾ ਜੀ ਕੋਈ ਗੱਲ ਐ ਹੁੰਦੇ ਗੱਲਦਾ ਕਹਿੰਦਾ ਬਹੁਤ ਮਾੜਾ ਕੰਮ ਹੈ ਜੀ ਕੁਛ ਨਹੀਂ ਹੁੰਦਾ ਹੋ ਜਾਊਗਾ ਠੀਕ ਉਨੇ ਫਿਰ ਕਿਰਾਇਆ ਦਿੱਤੀ ਕਹਿੰਦਾ ਤੁਸੀਂ ਪੰਜੇ ਰਸਤੇ ਕਿਉਂ ਖੋਲੇ ਤੁਸੀਂ ਰਸਤਾ ਇੱਕੋ ਖੋਲਰ ਜਿਹਨੇ ਪੰਜਨ ਪਰੇਡ ਕਰਦੇ ਮੈਨੂੰ ਗੱਲ ਉਹਦੀ ਵਧੀਆ ਲੱਗੀ ਹੂੰ ਉਹਨੂੰ ਜਿੱਦ ਦੇ ਸਰਕਾਰ ਨਾਲ ਉੱਪਰ ਕੋਈ ਰਸਤਾ ਖੁੱਲੂਗਾ ਜਿੱਦ ਦੇ ਖੁੱਲਿਆ ਪਤਾ ਲੱਗੂ ਸਰਕਾਰ ਨੂੰ ਸਰਕਾਰ ਨਾਲ ਗੱਲਬਾਤ ਹੋਊਗੀ ਦੇਖੋ ਗੱਲਬਾਤ ਤਾਂ ਮੋਦੀ ਨੂੰ ਪਤਾ ਹੈ ਜਾ ਸਾਾਨੂੰ ਪਤਾ ਹੈ ਦੋ ਬੰਦੇ ਸਰਕਾਰ ਤੇ ਨੇ ਦੋ ਡਾਨੀ ਬਾਨੀ ਨੇ ਤੇ ਇੱਕ ਗਜਰਾਤ ਚੋਂ ਕੰਪਨੀ ਆਈ ਹੈ ਜਿਹੜੇ ਸਾਡੀਆਂ ਫੋਟੋਆਂ ਲਾਉਂਦਗੇ ਤਿੰਨੇ ਤੇ ਨਾਲ ਗਜਰਾਤ ਦੀਆਂ ਲੱਗੀਆਂ ਕੀ ਚੰਦਾ ਚੜਾਉਂਦੀਆਂ ਨੇ ਦੇਸ਼ ਨੂੰ ਕਿੱਧਰ ਨੂੰ ਲੈ ਜਾਂਦੀਆਂ ਨੇਗੀਆਂ ਕੀ ਦੇਸ਼ ਨੂੰ ਗੁਲਾਮੀ ਬਲ ਤੱਕ ਦੀਆਂ ਨੇ ਗਿਆ ਇੱਕ ਕੰਪਨੀ ਆਈ ਆ ਜਿਹਨੇ 200 ਵਾਰਾ ਲੁੱਟਿਆ ਸਾਨੂੰ ਮਾਤਰਾ ਵੱਡੀਆਂ ਕੁਰਬਾਨੀਆਂ ਦੇ ਕੇ ਇਹ ਤਾਂ ਉਦੋਂ ਵੀ ਮਾਫੀਆਂ ਮੰਗ ਕੇ ਆਏ ਜਿੰਨਾ ਦੇ ਲੀਡਰ ਦਾ ਉਦੋਂ ਮਾਫੀਆਂ ਮੰਗ ਕੇ ਆਏ ਨੇ ਅੰਗਰੇਜ਼ਾਂ ਦੀ ਟੋਪੀ ਕਰੀ ਇਹਨਾਂ ਨੇ ਜੇ ਲੜੇ ਨੇ ਤਾਂ ਉਦੋਂ ਗਾਂਧੀ ਵਰਗੇ ਲੜੇ ਨੇ ਭਗਤ ਸਿੰਘ ਵਰਗੇ ਲੜੇ ਨੇ ਨਹਿਰੂ ਵਰਗੇ ਲੜੇ ਨੇ ਜੇ ਲੜੇ ਨੇ ਇਹ ਤਾਂ ਉਦੋਂ ਵੀ ਟੋਪੀ ਕਰੀ ਇਹਨਾਂ ਨੇ ਤਾਂ ਜਿਹੜਾ ਅੱਜ ਗੱਦੀ ਦੇ ਉੱਤੇ ਬੈਠਣਗੇ ਕਰ ਜਾਣਗੇ ਲੋਕ ਸ਼ਾਮਣੇ ਤੂੰ ਚਿੰਤਾ ਨਾ ਕਰ ਅੰਦੋਲਨ ਕਮਜ਼ੋਰਤਾ ਨਹੀਂ ਹੋਇਆ ਕਿਉਂਕਿ ਪ੍ਰਚਾਰ ਇਹ ਕੀਤਾ ਜਾ ਰਿਹਾ ਰੁਲਸੁਹਾਨ ਸਾਹਿਬ ਬਿਲਕੁਲ ਨਹੀਂ ਕਮਜ਼ੋਰ ਹੁੰਦਾ ਜੱਟ ਕਹੀ ਜੀ ਚੀਜ਼ ਐ ਵੱਟ ਵੰਡਣ ਪਿੱਛੇ ਮੈਂ ਪਹਿਲਾਂ ਵੀ ਕਈ ਵਾਰ ਕਿਹਾ ਕਤਲ ਕਰ ਦਿੰਦਾ ਪੰਜ ਮਿੰਟ ਪਾਣੀ ਵੰਡਣ ਪਿੱਛੇ ਕਤਲ ਕਰ ਦਿੰਦਾ ਜ਼ਮੀਨ ਤੇ ਜੱਟ ਮਰ ਜਾਣਗੇ ਤੇ ਜਿਹਦਾ ਵਪਾਰ ਖੜੂ ਉਹਨੂੰ ਨਾਲ ਮਰਨਾ ਪਊਗਾ ਜਿਹਦੀ ਆੜਤ ਜਾਊਗੀ ਉਹਨੂੰ ਨਾਲ ਮਰਨਾ ਪਊਗਾ ਜਿਹਨੂੰ ਕੰਮ ਨਾ ਮਿਲਿਆ ਉਹਨੂੰ ਨਾਲ ਮਰਨਾ ਪਊਗਾ ਜੱਟ ਇੱਕ ਵਰਸ਼ੇ ਆ ਜਮੀਨ ਦੇ ਨਾਲ ਜੁੜਿਆ ਹੋਇਆ ਇਹ ਬਿਲਕੁਲ ਨਹੀਂ ਪਿੱਛੇ ਮਰਨ ਮਰਨ ਮਰਤੇ ਆ ਜਾਣਗੇ ਤੁਸੀਂ ਚਿੰਤਾ ਨਾ ਕਰੋ ਇਹ ਨਹੀਂ ਬੰਤ ਚਲੋ ਬਹੁਤ ਧੰਨਵਾਦ ਰੂਲ ਸਿੰਘ ਮਾਨਸਾ ਤੁਸੀਂ ਸਾਨੂੰ ਵਕਤ ਦਿੱਤਾ ਪਰ ਜਿਹੜੇ ਤੁਸੀਂ ਭਾਵਨਾਵਾਂ ਵਿੱਚ ਬਏ ਹੋ ਉਹਦੀ ਅਸੀਂ ਕਦਰ ਕਰਦੇ ਹਾਂ ਪਰ ਇਹ ਲੋਕ ਆ ਜਿਹੜੇ ਤੁਹਾਡੇ ਸਾਹਮਣੇ ਬੈਠੇ ਆ ਤੁਹਾਨੂੰ ਸੁਣ ਰਹੇ ਆ ਤੁਹਾਨੂੰ ਦੇਖ ਰਹੇ ਆ ਉਹ ਆਪੇ ਫੈਸਲਾ ਕਰਨਗੇ ਰੂਲ ਸਿੰਘ ਮਾਨਸਾ ਹਰਾਨੂੰ ਜਿਹੜੇ ਲੋਕ ਜਾਣਦੇ ਆ ਜਿਨ੍ਹਾਂ ਨੇ ਇਹਨਾਂ ਦਾ ਸੰਘਰਸ਼ ਦੇਖਿਆ ਜਿਨ੍ਹਾਂ ਨੇ ਇਹਨਾਂ ਨੂੰ ਜੇਲ੍ਹਾਂ ਕੱਟਦਿਆਂ ਦੇਖਿਆ ਜਿਨ੍ਹਾਂ ਨੇ ਇਹਨਾਂ ਨੂੰ ਮੋਰਚੇ ਲਾਉਂਦਿਆਂ ਦੇਖਿਆ ਤੇ ਜਿਨ੍ਹਾਂ ਨੇ ਇਹਨਾਂ ਨੂੰ ਮੋਰਚਿਆਂ ਤੇ ਅੰਜਾਮ ਤੱਕ ਜਾਂਦਿਆਂ ਦੇਖਿਆ ਉਹ ਆਪੇ ਫੈਸਲਾ ਕਰ ਲੈਣਗੇ ਪਰ ਸਵਾਲ ਇਹ ਸੀਗਾ ਕਿ ਖੇਤੀ ਕਰੂਨਾ ਦੀ ਗੱਲ ਦੀ ਬਜਾਏ ਗੱਲ ਹੋ ਰਹੀ ਹੈ ਲਾਲ ਖਿਲੀ ਦੀ ਗੱਲ ਹੋ ਰਹੀ ਹੈ ਖਾਲਿਸਤਾਨਵਾਦੀ ਨਕਸਲਵਾਦੀ ਪਤਾ ਨਹੀਂ ਕਿਹੜੇ ਕਿਹੜੇ ਸ਼ਬਦ ਵਰਤੇ ਜਾ ਰਹੇ ਆ ਤੇ ਜਿਸ ਤਰੀਕੇ ਨਾਲ ਇਸ ਅੰਦੋਲਨ ਨੂੰ ਭੰਡਿਆ ਜਾ ਰਿਹਾ ਉਸ ਦਾ ਜਵਾਬ ਲੈਣ ਦੇ ਲਈ ਅਸੀਂ ਰੂਲ ਸਿੰਘ ਮਾਨਸਾਹਰਾਂ ਨੂੰ ਸਵਾਲ ਜਵਾਬ ਕੀਤੇ ਆ ਅਸੀਂ ਰੂਲ ਸਿੰਘ ਮਾਨਸਾਹਰਾਂ ਨੂੰ ਨਹੀਂ ਚਾਹੁੰਦੇ ਸੀ ਕਿ ਕਿ ਉਹ ਭਾਵਨਾ ਵਿੱਚ ਵਹਿਣ ਉਹਨਾਂ ਦੇ ਹੰਝੂ ਸਾਡੇ ਸਾਹਮਣੇ ਦਿਖਣ ਪਰ ਇਹ ਹੰਝੂ ਰਕੇਸ਼ ਤਕੈਹ ਤਰ੍ਹਾਂ ਦੇ ਵਇ ਸੀਗੇ ਹੁਣ ਰੁਲਦੂ ਸਿੰਘ ਮਾਨਸਾ ਹਰਦੇਵੀ ਵਇ ਹੈ ਤੇ ਇੱਕ ਪਾਰਲੀਮੈਂਟ ਦੇ ਵਿੱਚ ਪ੍ਰਧਾਨ ਮੰਤਰੀ ਦੇ ਵਇ ਸੀਗੇ ਇਹਨਾਂ ਹਾਂਝੂਆਂ ਦੇ ਵਿੱਚੋਂ ਕੌਣ ਸੱਚਾ ਕੌਣ ਸਹੀ ਰਾਤੇ ਹੈ ਇਹ ਫੈਸਲਾ ਤੁਸੀਂ ਕਰਨਾ ਅਸੀਂ ਵਿਊ ਪੁਆਇੰਟ ਵਿੱਚ ਸਭ ਕੁਝ ਰੱਖ ਦਿੱਤਾ ਬਹੁਤ ਹਨਾ